10,000। अच्छा, 10,000 10,000 लिखा। ਕੋਈ ਉਹ ਦਵਾਈ ਜੀ ਦਵਾਉਣ ਗਿਆ ਹੋਊਗਾ ਵੀ ਕੀ ਪਤਾ ਦਵਾਈ ਜੀ ਕਿੰਨੇ ਲੱਗ ਜਾਣਾ ਤਾਂ ਉਹ ਕਰ ਲਿਆ ਹੁਣ। ਉਹ ਠੀਕ ਹੈ ਤੇਰੀ ਗੱਲ ਵੀ ਅੱਗੇ ਤਾਂ ਕਿਤੇ ਆਇਆ ਨਹੀਂ ਜਦੋਂ ਇਹ ਨਹੀਂ ਉਹ ਕੋਈ ਨਹੀਂ ਮੈਂ ਹੈ ਨਹੀਂ ਸੀ ਘਰੇ ਮੈਂ ਗਿਆ ਸੀ ਬਾਹਰ ਉਹਨਾਂ ਨੇ ਫਿਰ ਮੈਨੂੰ ਐਂ ਕਰ ਲਿਆ ਕੋਈ ਫੋਨ ਦਾ ਕੀ ਹੈ ਚੱਲ ਵੀ ਚੱਲ ਆਪਾਂ ਕਿਹੜਾ ਹੁਣ ਕੋਈ ਦੇਣ ਲੈਣ ਹੋਵੇ ਫਿਰ ਤਾਂ ਅਗਲਾ ਕੁਦਰਤ ਵੀ ਆਇਆ ਹੁੰਦਾ ਵੀ ਜਿਹਨਾਂ ਨੇ ਕੋਈ ਸੀਟ ਦੇਊ ਨਾ ਦੇਊਗਾ ਚੱਲ ਪਾ ਤਾਂ ਕਰਕੇ ਫਿਰ ਕੋਈ ਗੱਲ ਨਹੀਂ ਠੀਕ ਆ ਚੱਲ ਕੋਈ ਨਹੀਂ ਤੇਰੇ ਦਾ ਫਰਜ਼ ਹੀ ਹੈ ਦੱਸਣ ਦਾ ਐਂ ਤਾਂ ਕੋਈ ਗੱਲ ਨਹੀਂ ਕੋਈ ਨਹੀਂ ਨਹੀਂ ਹੁਣ ਆਹ ਹੋਰ ਨਾ ਚੰਦ ਚੜ੍ਹਾਉਣ ਲੱਗ ਗਏ ਆਰਤੀਆਂ ਦੇ ਜਾਣ ਲੱਗ ਗਏ ਹੁਣ ਇਹਦਾ ਮਤਲਬ ਵੀ ਹੁਣ ਵਰਤ ਤੇਰੀ ਤਾਂ ਲੋੜ ਹੀ ਨਹੀਂ ਇਹਨਾਂ ਨੂੰ ਹਨਾ ਉਹ ਕੰਜਰੋ ਜੇ ਮੈਂ ਭਲਾ ਆਰਤੀਆਂ ਨੂੰ ਜਾ ਕੇ ਕਹਾਂ ਵੀ ਇਹਨਾਂ ਨੂੰ ਪੈਸਾ ਦੇਣਾ ਵੀ ਬੇਇੱਜ਼ਤੀ ਫਿਰ ਕਿਹਦੀ ਹੈਗੀ ਤੁਹਾਡੀ ਇੱਜ਼ਤ ਰਹੂ ਕੁਛ ਜਦੋਂ ਚੰਗਾ ਭਲਾ ਤੁਸੀਂ ਅੱਗੇ ਮੈਨੂੰ ਫੋਨ ਕਰਦੇ ਹੋ ਵੀ ਪੈਸੇ ਫੜ ਲਈ ਜਾਂ ਤੂੰ ਅਸੀਂ ਉੱਥੇ ਜਾਂਦੇ ਹਾਂ ਪੈਸਾ ਸਾਨੂੰ ਲੋੜ ਹੈ ਉਹਨੂੰ ਫੋਨ ਕਰਦੇ ਵੀ ਹੁਣ ਤੁਸੀਂ ਮੈਨੂੰ ਕਹਿ ਤਾਂ ਸਕਦੇ ਹੋ ਤਾਂ ਉਹਨੇ ਫੋਨ ਕਰਿਆ ਵੀ ਅੱਗੇ ਤਾਂ ਉਹਦਾ ਫੋਨ ਆਉਂਦਾ ਵਰਤ ਦਾ ਜੇ ਕੋਈ ਲੋੜ ਹੁੰਦੀ ਜਾਂ ਉਹ ਆਪ ਲੈ ਕੇ ਜਾਂਦਾ ਵੀ ਅੱਜ ਜਵਾਕ ਕਰਨ ਲਾ ਕੇ ਮੈਂ ਆਇਆ ਇਹ ਤਾਂ ਗੱਲ ਵਿਗੜ ਗਈ ਮੈਂ ਤਾਂ ਨਹੀਂ ਕਹਾਣੀ ਲੋੜ ਜੀ ਚੱਲ ਢਿੱਲ ਮਿਸ ਹੁੰਦੀ ਆ ਹੁੰਦੀ ਆ ਕਿਸੇ ਦੇ ਸਾਰੇ ਦੀ ਕੋਈ ਗੱਲ ਹੋ ਗਈ ਉਹ ਪਰ ਆਹਦਾ ਨਹੀਂ ਮਤਲਬ ਹੁੰਦਾ ਵੀ ਚੁੱਪ ਕਰਕੇ ਅਸੀਂ ਆਪਣਾ ਜਾ ਕੇ ਪੈਸੇ ਮੰਗ ਲਓ ਅੜਤਕੇ ਤੋਂ 10,000 ਦੇ ਦੇ ਇਹ ਦਿਮਾਗ ਦਾ ਨਹੀਂ ਕੋਈ ਕੰਮ ਕਰਦਾ ਵੀ ਅੱਜ ਤਾਂ ਚੱਲ ਤੁਹਾਨੂੰ ਦੇ ਤਾ ਅਗਲੇ ਨੇ ਵੀ ਕੱਲ੍ਹ ਨੂੰ ਜੇ ਇਸ ਲੋੜ ਦੀ ਐਂ ਗੱਲ ਹੋਊਗੀ ਵੀ ਫੇਰ ਹੋਊਗਾ ਇਹਨਾਂ ਨੂੰ ਤਾਂ ਐਂ ਹੋ ਗਿਆ ਹੁਣ ਜਿਹੜੀ ਗੱਲ ਵਿੱਚੋਂ ਤਾਂ ਹੀ ਐਂ ਤੁਰੇ ਫਿਰਦੇ ਨੇ ਕਿਤੇ ਉੱਧਰ ਵਾ ਕੇ ਭੂਆ ਕੋਲੇ ਵਾ ਕੇ ਤੇ ਐਂ ਵਾ ਕੇ ਵੀ ਬੁੜੇ ਤੋਂ ਹੁਣ ਕਬੀਲਦਾਰੀ ਫੜ ਗਈ ਸਿੱਧਾ ਤਾਂ ਕਹਿੰਦੇ ਨਹੀਂ ਵੀ ਹੁਣ ਆਪਾਂ ਢੰਗ ਰੱਖੀ ਉਹ ਗੱਲ ਵੀ ਅੱਕਿਆ ਸਿਰ ਦੂਗਾ ਵੀ ਚੱਕੋ ਮੈਂ ਕੀ ਲੈਣਾ ਲੈਣਾ ਤਾਂ ਮੈਂ ਕੀ ਹੈ ਖਰਾ ਕੰਮ ਤਾਂ ਤੁਹਾਡੇ ਹੀ ਹੈ ਪਰ ਮੈਂ ਤਾਂ ਸੋਚੀ ਜਾਂਦਾ ਸੀ ਵੀ ਚੱਲ ਇੱਕ ਤਾਂ ਆਪਦਾ ਮੁਲਾਜ਼ਮ ਲੱਗਿਆ ਉੱਥੋਂ 10 ਰੁਪਏ ਬਣਾਉਂਦਾ ਵੀ ਆਪਦੀ ਪਾਣਗ ਨਹੀਂ ਪੂ ਇਹਨਾਂ ਦਾ ਵੀ ਜੇ ਹਿਸਾਬ ਕਿਤਾਬ ਮੈਂ ਰੱਖਾਂ ਕਿਉਂ ਜੇ ਇਹਨਾਂ ਕੋਲ ਉਹਦੇ ਕੋਲ ਰਹਿ ਗਿਆ ਤਾਂ ਦੂਜੇ ਦੇ ਚਿੱਤ ਛੱਕ ਜਾਊਗਾ ਜੇ ਕੰਮ ਵਾਲੇ ਕੋਲ ਰਹਿ ਗਿਆ ਤਾਂ ਉਹਦੇ ਚਿੱਤ ਛੱਕ ਜਾਊਗਾ ਵੀ ਇਹਦਾ ਆਪਣੀ ਫਸਲ ਦੇ ਪੈਸੇ ਉਹ ਕਰੀ ਜਾਂਦਾ ਅੱਛਾ ਜੇ ਉਹਦੇ ਕੋਲ ਹੈਗਾ ਉਹ ਫਿਰ ਇਹਦੇ 'ਚ ਸ਼ੱਕ ਜਾਊਗਾ ਵੀ ਇਹਦਾ ਮੁਲਾਜ਼ਮ ਉੱਧਰ ਪੈਸੇ ਉਹ ਕਰੀ ਜਾਂਦਾ ਮੈਂ ਤਾਂ ਵਿੱਚ ਵਿਚਾਲੇ ਫਸਦਾ ਕੰਜਰੋਂ ਮੈਨੂੰ ਕੀ ਲੋੜ ਹੈ ਮੈਨੂੰ ਦੱਸ ਮੈਨੂੰ ਕੀ ਲੋੜ ਹੈ ਮੈਂ ਕਿਹਾ ਪੱਤਾ ਬਣਾਵਾਂ ਪਰ ਮੈਂ ਤਾਂ ਇਹ ਗੱਲ ਸੋਚੀ ਜਾਂਦਾ ਵੀ ਤੁਹਾਡਾ ਇਮੇਜ ਘੱਟ ਤੁਰਿਆ ਜਾਊਗਾ ਕੋਈ ਬਿੱਘਾ ਮਾਹਣ ਦਾ ਬਣ ਜੂ ਜਾਂ ਕੋਈ ਮਸ਼ੀਨਰੀ ਚੱਜ ਦੀ ਹੋਰ ਬਣ ਜੂ ਮੈਂ ਤਾਂ ਸੋਡਾ ਮਾਰੇ ਹੀ ਮੈਂ ਫਿਰਦਾ ਮੈਨੂੰ ਕੀ ਲੋੜ ਹੈ ਤਾਂ ਕਿਉਂ ਤਾਂ ਫਿਰ ਇਹ ਪੁੱਠੇ ਮਰਦੇ ਨੇ ਲੋਕ ਚੱਕਾਂ ਜਿਹੜਾ ਕਿਸੇ ਦੀਆਂ ਚੱਕਾਂ ਹੁੰਦੀਆਂ ਜਿਹੜੀਆਂ ਮੈਨੂੰ ਤਾਂ ਲੱਗਦਾ ਕਿਸੇ ਦੀਆਂ ਚੱਕਾਂ ਤੇ ਹੋ ਗਏ ਮੈਂ ਤੁਹਾਨੂੰ ਆਏ ਕਹਿੰਦੀ ਸੀ ਜੀ ਹਾਂ ਮੈਂ ਕਹਿੰਦਾ ਹੁਣ ਬੇਕਰਦੇ ਨਸ਼ੀ ਪਨਾਲਾ ਹੋ ਗਿਆ ਹੋਰ ਅਸੀਂ ਸਭ ਛੀ ਵੱਜ ਗਏ ਹੋਰ ਹਜੇ ਵੀ ਗਰਮੀ ਆਈ ਜਾਂਦੀ ਹੈ ਤਾਂ ਪਸ਼ੂ ਨਹੀਂ ਬਾਹਰ ਉਹ ਕਰੇ ਤੁਸੀਂ ਤੇ ਮੈਂ ਤੁਹਾਨੂੰ ਆਏ ਕਹਿੰਦੀ ਸੀ ਮੈਂ ਹਜੇ ਮਾੜਾ ਜਿਹਾ ਫੋਨ ਕਰਕੇ ਪੁੱਛ ਲੈਂਦੇ ਨਾ ਵੀ ਤੁਸੀਂ ਬੰਟੂ ਨੂੰ ਫਿਰ ਰੋਟੀ ਦਾ ਉਵੇਂ ਕਰ ਲੈਂਦੀ ਮੈਂ ਸਹੀ ਗੱਲ ਹੈ ਬੰਟੂ ਸਾਡੇ ਸੀ ਉਹ ਹੁਣ ਤਾਂ ਆਉਣਾ ਚਾਹੀਦਾ ਘੜ ਤੇ ਪਹਿਲਾਂ ਬੰਟੂ ਨੂੰ ਫੋਨ ਲਾਵਾਂ ਬੰਟੂ ਨੂੰ ਫੋਨ ਤਾਂ ਲਾ ਲਈ ਕਿਤੇ ਮੀਤ ਵੱਧਦੀ ਨਾ ਢਿੱਲੀ ਹੋਵੇ ਹਨਾ ਪਤਾ ਲੱਗ ਜੂ ਫਿਰ ਹੈਲੋ ਹਾਂ ਬੰਟੂ ਕੀ ਹਾਲ ਹੈ ਵਧੀਆ ਵਧੀਆ ਬਾਈ ਤੂੰ ਦੱਸ ਕਿਵੇਂ ਆ ਆਇਆ ਨਹੀਂ ਉਹ ਆਇਆ ਕੀ ਯਾਰ ਬਸ ਉਹ ਗਿਆ ਸੀਗਾ ਉਹ ਟੈਸਟ ਜਿਆ ਕਰਵਾ ਲਿਆ ਡਾਕਟਰ ਨੇ ਮੁੜ ਕੇ ਕਹਿੰਦਾ ਵੀ ਇਨਫੈਕਸ਼ਨ ਹੋਈ ਪਈ ਹੈ ਦਾਖਲ ਕਰਨੀ ਪਊਗੀ ਦਾਖਲ ਕਰਨੀ ਉਹ ਰੁਪਏ ਦਾ ਤਾਂ 500-700 ਰੁਪਏ ਲੈ ਕੇ ਗਏ ਘਰੋਂ ਤਾਂ ਉਹ ਯਾਰ ਫਿਰ ਉਹ
ਹੁਣ ਮੈਂ ਦੱਸ ਕੀ ਕਰਾਂ ਹੁਣ ਡਾਕਟਰ ਨੂੰ ਕੀ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਦੱਸ। ਅੱਛਾ ਹਾਂ ਮੈਂ ਤਾਂ ਭਰਾ ਉਹ ਪਰਚੀ ਲਿਖ ਕੇ ਦਿੱਤੀ ਉਹਨੇ ਮੈਡੀਕਲ ਤੇ ਖੜਾ ਸੀਗਾ ਦਵਾਈ ਲੈਣ ਆਇਆ ਹੋਇਆ ਸੀਗਾ ਸਾਡਾ ਹੁਣ ਜੇਬ 'ਚ ਪੈਸਾ ਹੈ ਨਹੀਂ ਪਰਚੀ ਬਣਾਉਣ ਨੂੰ ਵੀ ਜੀ ਨਹੀਂ ਕਰਦਾ। ਉਹ ਫਿਰ ਐਂ ਕਰੀ ਸੇਠਾਂ ਤੋਂ ਪੈਸੇ ਫੜ ਲਈ ਦੇਖੀ ਜਾਊ ਕੁਛ ਹੋਈ ਤਾਂ ਦਵਾਈ ਦਾ ਦਵਾਉਣੀ ਪਊ ਜੇ ਦਾਖਲ ਕਰ ਲਈ ਤਾਂ ਲੋੜ ਤਾਂ ਪਊਗੀ। ਬਾਪੂ ਵੇ ਟੱਪੀ ਜਾਊ ਆਪੇ ਟੱਪ ਕੇ ਹਟ ਜਾ ਮੇਰੀ ਗੱਲ ਸੁਣ ਲਾ ਤੂੰ ਪੈਸੇ ਤਾਂ ਫੜ ਲਈ ਕਈ ਵਾਰ ਰਾਤ ਬਰਾਤ ਤੇ ਲੋੜ ਪੈ ਜਾਂਦੀ ਉਹਨੂੰ ਰੋਟੀ ਰੋਟੀ ਵੀ ਬੇੜਾ ਕਬੇੜਾ ਹੋ ਜਾਊ ਮੈਂ ਜੇ ਮੈਂ ਆ ਗਿਆ ਤਾਂ ਘਰੇ ਬੜ ਬੜ ਕਰੀ ਜਾਊਗਾ ਹੁਣ ਤਾਂ ਉਹਨੂੰ ਤੜਕ ਹੀ ਦੱਸਾਂਗੇ। ਬਾਗ ਜਾ ਤੂੰ ਫੜ ਲਿਆ ਪੰਜ ਫੜ ਲਿਆ ਕੋਈ ਨੀ ਕਹਿੰਦਾ ਉਹਨੂੰ ਕਹੇ ਵੀ ਲੋੜ ਐਂ ਕਰਕੇ ਬਿਮਾਰ ਹੋ ਆਪੇ ਪੁੱਛੂ ਪੁੱਛੂ ਆ ਕਰ ਲੂ ਆਪੇ ਬਾਅਦ ਚ ਦੇਖਾਂਗੇ। ਹਾਂ ਹਾਂ ਅੱਗੇ ਨਾ 10,000 ਰੁਪਇਆ ਫੜ ਲਿਆ। ਹੁਣ ਪੈਸੇ ਤਾਂ ਹੁਣ ਅੜਤ ਗਏ ਤਾਂ ਫੜਨੇ ਪੈਣਗੇ ਜੇ ਬੁੜਬੜ ਕਰੀ ਜਾਊਗਾ ਤਾਂ ਕਰੀ ਜਾਣਦੇ ਬਾਪੂ ਨੂੰ ਹੋ ਰਿਹਾ ਸਿਆਪਾ ਹੋ ਗਿਆ ਤਾਂ ਜਾਨ ਮਿਲਿਆ ਬੰਦਾ ਮਾੜੀ ਜਿਹੀ ਗਰਮੀ ਵੀ ਨਹੀਂ ਚੱਲੀ ਜਾਂਦੀ ਬਾਪੂ ਕਦਾ ਗਰਮੀ ਹੈ ਹੀ ਵਾਲੀ ਹੈ। ਬਾਪੂ ਦੀ ਵੀ ਸਹੀ ਗੱਲ ਹੈ ਬਾਪੂ ਕਹਿੰਦਾ ਵੀ ਇਹਨੂੰ ਨਾਲ ਜੇ ਤੂੰ ਲੈ ਕੇ ਗਈ ਤਾਂ ਕਹਿੰਦਾ ਇਹ ਬਿਮਾਰ ਹੋਈ ਹੋਰ ਫਿਰ ਮੈਨੂੰ ਆਏ ਸੀ ਜੇ ਮੈਂ ਘਰੇ ਇਹਨੂੰ ਛੱਡ ਜਾਂਦੀ ਘਰ ਦਾ ਕੰਮ ਨਹੀਂ ਇਹ ਤੋਂ ਹੁੰਦਾ ਫਿਰ ਨਾਲੇ ਭੂਆ ਗੁੱਸੇ ਹੁੰਦੀ ਗਾਂ ਭੂਆ ਵੀ ਨਹੀਂ ਸਾਨੂੰ ਤਾਂ ਮਿਲੀ ਟਾਈਮ ਤੇ ਹੋਰ ਚੱਲ ਤੂੰ ਛੱਡ ਪਰ ਹੁਣ ਬਾਪੂ ਆਉਣ ਵਾਲਾ ਹੋਊਗਾ ਬੜ ਬੜ ਜੇ ਕਰੂਗਾ ਜੇ ਮੈਂ ਚੰਗਾ ਫਿਰ ਸਬਜ਼ੀ 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 ਵੈਸੇ ਜੇ ਪੁੱਛਿਆ ਤਾਂ ਦੱਸ ਦੀ ਨਹੀਂ ਆਪਾਂ ਤਾਂ ਤੇ ਨਾ ਰੋਟੀਆਂ ਜਵਾਕਾਂ ਨੂੰ ਫੜਾ ਕੇ ਆਪੇ ਖਾ ਲਾਂਗੇ ਫੜਾ ਦੀ ਠੀਕ ਉਹ ਤੜ ਕੀ ਕਰੂੰਗਾ ਗੱਲ ਗੱਲ ਉਹਨਾਂ ਹੁਣ ਨਹੀਂ ਛੇੜਦੇ ਉਹਨੂੰ ਪੀਤੀ ਖਾਧੀ ਹੋਊਗੀ ਐਵੇਂ ਗਾਲਾਂ ਦੇਊਗਾ ਫਿਰ ਮੈਂ ਤੁਹਾਨੂੰ ਐਂ ਕਹਿੰਦੀ ਸੀ ਜੀ ਹਾਂ ਤੁਸੀਂ ਤਾਂ ਨਾ ਕਲਪਨਾ ਚ ਹਰਾ ਵੀ ਨਹੀਂ ਵੱਢਿਆ ਤੇ ਕੀ ਇਹ ਤੜਕੇ ਦੁੱਧ ਦੇਣਗੀਆਂ ਉਹ ਚਲੋ ਜੇ ਨਹੀਂ ਦਿੰਦੀਆਂ ਇੱਕ ਦਿਨ ਨਾ ਕੀ ਹੁੰਦਾ ਦੁੱਧ ਦਾ ਗੇੜਾ ਬਾਲਾ ਦਿੰਦੀਆਂ ਇਹ ਦੁੱਧ ਤਾਂ ਨਹੀਂ ਬਾਲਾ ਦਿੰਦੀਆਂ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ ਦੇ ਮਹੀਨੇ ਚ ਤਾਂ ਅੱਕਾਂ ਚ ਵੀ ਦੁੱਧ ਸੁੱਕ ਜਾਂਦਾ ਤੇ ਪਸ਼ੂ ਤਾਂ ਫੇਰ ਵੀ ਇੰਨੀ ਗਰਮੀ ਚ ਤੇ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਵੀ ਮਾੜਾ ਜਿਹਾ ਬੰਟੂ ਨੂੰ ਫੋਨ ਲਾ ਕੇ ਪੁੱਛ ਲੈਂਦੇ ਵੀ ਕਵੇਲਾ ਹੁੰਦਾ ਜਾਂਦਾ ਆਇਆ ਨਹੀਂ ਨਾ ਉਹ ਵੀ ਪੁੱਛਾਉਣ ਨੂੰ ਮੈਂ ਭੁੱਲ ਹੀ ਗਿਆ ਦਿਮਾਗ ਚ ਨਹੀਂ ਮੇਰੇ ਗੱਲ ਰਹੀ ਦਿਮਾਗ ਚ ਫਿਰ ਜੇ ਮੈਂ ਦੱਸ ਦਈ ਫੇਰ ਹੀ ਪਤਾ ਲੱਗਦਾ ਤੈਨੂੰ ਮੈਨੂੰ ਤਾਂ ਐਂ ਕਿਤੇ ਵੱਧ ਨਾ ਬਿਮਾਰ ਹੋ ਗਈ ਹੋਵੇ ਮੀਤ ਉਹ ਸੁੱਖ ਦਾ ਸੁਨੇਹ ਦੇ ਰਿਹਾ ਅਗਰ ਕੋਈ ਅੱਗੇ ਗਾਣਾ ਦੇਊਗਾ ਬਾਪੂ ਵੱਧ ਬਿਮਾਰ ਹੋ ਗਈ। ਹੈਲੋ ਹਾਂ ਮੰਟੂ ਕੀ ਹਾਲ ਹੈ? ਬਸ ਠੀਕ ਹੈ ਬਈ। ਆਇਆ ਨਹੀਂ ਤੂੰ? ਉਹ ਆਇਆ ਕਾਹਦਾ ਯਾਰ ਉਹ ਡਾਕਟਰ ਨੂੰ ਦਿਖਾਇਆ ਉਹ ਕਹਿੰਦਾ ਟੈਸਟ ਇਹ ਲਿਖਤੇ ਉਹਨੇ। ਅੱਛਾ ਤੇ ਉਹ ਟੈਸਟ ਆ ਕਰਵਾਇਆ ਉਹ ਇਨਫੈਕਸ਼ਨ ਹੋਈ ਪਈ ਆ ਫਿਰ ਉਹਨੇ ਤਾਂ ਦਾਖਲ ਕਰ ਲਈ ਮੈਂ ਤਾਂ ਮੈਡੀਕਲ ਦਾ ਦਵਾਈ ਲੈਣ ਆਇਆ ਹੋਇਆ। ਦਾਖਲ ਕਰ ਲਈ ਤੇ ਗੱਲ ਕਰ ਤੂੰ ਘਰੋਂ ਦਾ 500-700 ਰੁਪਇਆ ਲੱਗੇ ਆ ਜੀ। ਉਹ ਪਤਾ ਮੈਨੂੰ ਫਿਰ ਮੈਂ ਆੜਤੀ ਤੋਂ ਫੜ ਲਿਆ ਪੈਸੇ ਯਾਰ ਹੁਣ ਸਰਦਾਂ ਨਹੀਂ ਹੈਗਾ ਸੀ ਮੈਂ ਤਾਂ 10,000 ਰੁਪਇਆ ਫੜ ਲਿਆ ਫਿਰ ਆੜਤੀਆਂ ਤੋਂ। ਹੋਰ ਭਾ 10,000 ਰੁਪਇਆ ਤੇ ਬਾਪੂ ਗਾਣਾ ਦੇਊ ਭੈਣ ਦਾ ਵੀਰਾ ਹੁਣ। ਉਹ ਫਿਰ ਹੁਣ ਦੋ ਹੀ ਗੱਲ ਬੰਦੇ ਦੀ ਤਾਂ ਜਾਨ ਨਿਕਲੀ ਜਾਂਦੀ ਇਧਰੋਂ ਫਿਰ ਹੁਣ ਗਾਣਾ ਦਿੰਦਾ ਦੇਈਓ ਦੇਖ ਲਾਂਗੇ ਫਿਰ ਹੋਰ ਕੀ ਹੈ ਭਰਾਵਾ ਦਵਾਈ ਪਤਾ ਕਿੰਨੀ ਮਹਿੰਗੀ ਆ 5,000 ਦੀ ਤਾਂ ਹੁਣੇ ਬੋਤਲਾਂ ਬੋਤਲਾਂ ਲੈ ਕੇ ਹਟਿਆ ਜਿਹੜੀਆਂ ਲਾਉਣੀਆਂ ਉਹਨੂੰ। ਇਹ ਤਾਂ ਮੈਂ ਤੇਰੀ ਗੱਲ ਸਮਝਦਾ ਦਵਾਈ ਤਾਂ ਹੁਣ ਆਪਣੇ ਕਿਹੜਾ ਕੋਈ ਸਾਰੇ ਆ ਜਦੋਂ ਬੰਦਾ ਬਿਮਾਰ ਹੀ ਹੋਗਾ ਰੁਪਈਏ ਤਾਂ ਲਾਉਣੀ ਪੈਣਗੇ ਗੱਲ ਕਰ ਇਹ ਗੱਲ ਨੂੰ ਬਾਪੂ ਨੂੰ ਸਮਝਦਾ ਨਾ ਹੁਣ ਕਰੀਏ ਜੀ। ਚੱਲ ਫਿਰ ਕੋਈ ਨਾ ਹੁਣ ਤਾਂ ਫਿਰ ਮੈਂ ਕੀ ਕਰੂੰਗਾ ਮੈਂ ਤਾਂ ਕਵੇਲਾ ਹੋ ਜੂਗਾ ਫਿਰ ਮੈਂ ਹੁਣ ਤਾਂ ਹਨੇਰਾ ਹੋ ਜੂਗਾ ਤੈਨੂੰ ਆਉਂਦੇ ਨੂੰ ਮੇਰੀ ਗੱਲ ਸੁਣ ਤੜਕੇ ਆ ਜੀ ਤੂੰ ਫਿਰ ਤੜਕੇ ਛੁੱਟੀ ਦੇ ਦੂਗਾ ਆ ਲੱਗ ਜੂਗਾ ਪਤਾ ਤੈਨੂੰ ਮੈਂ ਫੋਨ ਕਰ ਦੂੰਗਾ ਹੁਣ ਤਾਂ। ਅੱਛਾ
ਭਾਈ ਸ਼ਾਦੀ ਬਾਕੀ ਤੈਨੂੰ ਮੈਂ ਦੱਸੂਗਾ ਹੁਣ, ਇੰਨੇ ਜੇ ਤਾਂ ਦਵਾਈ ਦਵੂਈ ਦੀ ਲੱਗ ਗਏ ਮੈਨੂੰ, ਥੋੜੇ ਜਿਹੀ ਬੱਚੇ ਮੇਰੇ ਕੋਲ ਤਾਂ। ਇਹ ਤਾਂ ਫਿਰ ਹੁਣ ਲੱਗ ਹੀ ਜਾਣਗੇ 10,000 ਦਾ ਬਣਦਾ ਵੀ ਕੀ ਆ। ਜੋ 5-7 ਕਹਿੰਦਾ ਦਵਾਈ ਬੋਤਲ ਹਾਂ ਹੀ ਲੱਗ ਗਈ। ਚੱਲ ਕੋਈ ਗੱਲ ਨੀ, ਫਿਰ ਤੜਕੇ ਦੇਖਦਾ ਮੈਂ ਇਹਨੂੰ, ਪੁੱਛਦੇ ਬਾਪੂ ਨੂੰ, ਹੁਣ ਤਾਂ ਛੇੜਦਾ ਨੀ ਮੈਂ, ਤੜਕੇ ਛੇੜੂੰਗਾ ਇਹਨੂੰ। ਬਸ ਤੂੰ ਇਹਨੂੰ ਹੁਣ ਛੇੜੀ ਨਾ, ਤੜਕੇ ਮੈਂ ਤੈਨੂੰ ਫੋਨ ਕਰ ਦੂੰਗਾ ਸੁਦੇਹਾ, ਜਿਵੇਂ ਵੀ ਹੋਇਆ ਜਾ ਪੈਸਿਆਂ ਦਾ ਆਪਦਾ ਹੱਲ ਕਰਕੇ ਲਿਆ, ਚਾਹੇ ਬਾਪੂ ਤੋਂ ਫੜੀ ਚਾਹੇ ਅੜਤੀ ਤੋਂ, ਤੂੰ ਦੇਖ ਲਈ ਭਰਾਵਾ ਪੈਸੇ ਲੈ ਕੇ ਆ ਜੀ ਬਸ। ਆੜਤੀ ਤੇ ਫੜੂ ਮੇਰੇ ਕੋਲ ਤਾਂ ਕੀ ਹੈ, ਉਹ ਤਾਂ ਹੋਰ ਫੜ ਲਾਂਗੇ ਯਾਰ, ਦੇਖੀ ਜਾਓ। ਚੱਲ ਦੇਖਦਾ ਤੜਕੇ ਕੀ ਕਹਿੰਦਾ ਇਹ, ਜੇ ਫੋਨ ਫੋਨ ਕਰਿਆ ਤਾਂ ਉਸ ਹਿਸਾਬ ਨਾਲ ਦੇਖ ਲਾਂਗੇ, ਉਸ ਦਿਨ ਤੜਕੇ ਦਾ ਮੂੰਹ ਸੁਣਦਾ। ਚੱਲ ਕੋਈ ਨਾ, ਚੰਗਾ ਆਉਂਗਾ ਤੈਨੂੰ ਮੈਂ। ਚੰਗਾ ਚੰਗਾ, ਠੀਕ ਹੈ ਠੀਕ। ਲੈ ਮੇਰੀ ਗੱਲ ਸੁਣੋ, ਘਰ ਲੁਕੇ ਉਹਨੂੰ ਭਾਂਡਾ, ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਜੇ ਮੈਂ ਉਹਨੂੰ ਨਾਲ ਲੈ ਕੇ ਗਈ ਤਾਂ ਇੰਨਾ ਵਾਧਾ ਵਧਿਆ, ਬਾਪੂ ਹੁਣ ਗਾਲਾਂ ਦੇਊਗਾ, ਬਾਪੂ ਆਖੂਗਾ ਆਹ ਵੀ ਜਾਏ ਬਿਨਾ ਕਿਹੜਾ ਤੁਸੀਂ ਰਹਿੰਦੀਆਂ ਨਹੀਂ ਸੀ, ਵੀ 20-25 ਹਜ਼ਾਰ ਰੁਪਏ ਨੂੰ ਥਾਂ ਕਰਤਾ, 10,000 ਰੁਪਏ ਤਾਂ ਲੱਗ ਹੀ ਗਿਆ, ਖੜੇ ਪੈਰ ਲੱਗ ਗਿਆ ਨਾਲੇ। 10,000 ਤਾਂ ਬਣਦਾ ਕੀ, 5-7 ਹਜ਼ਾਰ ਉਹ ਲਾ ਕੇ, 2-4 ਹਜ਼ਾਰ ਰੁਪਏ ਨੂੰ ਬੰਦਾ ਉੱਥੇ ਰੋਟੀ ਪਾਣੀ ਵੀ ਖਾਊਗਾ। ਹੁਣ ਬੰਦੇ ਨੂੰ ਕੀ ਨਹੀਂ ਚਾਹੀਦਾ, ਹੁਣ ਜੇ ਬਾਪੂ ਤੋਂ ਤੜਕੇ ਤੂੰ ਐਂ ਦੱਸਿਆ, ਹੁਣ ਤਾਂ ਬਾਪੂ ਮੇਰੀ ਗੱਲ ਸੁਣ, ਬਾਪੂ ਨੂੰ ਮੈਂ ਫੋਨ ਲਾ ਕੇ ਪੁੱਛਿਆ ਸੀ, ਮੈਂ ਕਿਹਾ ਡੈਡੀ ਤੁਸੀਂ ਕਿੱਧਰ ਜਾਵੜੇ, ਕਹਿੰਦਾ ਮੈਂ ਤਾਂ ਭਾਈ ਕਿਸੇ ਨਾਲ ਕੰਮ ਜਾਵੜਿਆ ਸੀ, ਮੈਂ ਕਿੰਨੇ ਕੁ ਚਿਰ ਨੂੰ ਆਉਂਗੇ, ਕਹਿੰਦਾ ਭਾਈ ਮੈਨੂੰ ਤਾਂ ਕਬੇਲਾ ਹੋ ਜਾਊਗਾ, ਹੁਣ ਹਨੇਰੇ ਹੋਈ ਜੇ ਤੜਕੀ ਛੇੜੂ, ਤੜਕੇ ਹੀ ਛੇੜੀ ਹੁਣ ਤਾਂ ਫਿਰ ਗਾਂ ਪੀਤੀ ਕਰਦੀ ਹੋ ਬਿਨਾਂ ਗਾਲਾਂ ਦੇਣ ਲੂਆ, ਉਹਦਾ ਇਹਨੇ ਪਤਾ ਕਿ ਕੀ ਉਸ ਬੋਲੇ ਰਾਤ ਨੂੰ ਇੱਥੇ ਜਲੂਸ ਕੱਢੀ ਜਾਊਗਾ। ਹੋਰ ਉਹਦਾ ਤਾਂ ਆਈ ਨਹੀਂ ਪਤਾ ਵੀ ਮੀਤ ਨੂੰ ਹੀ ਕਹਿ ਦੇ ਕੁਛ ਭੱਜ ਕੇ ਪੈ ਜੇ। ਚੱਲ ਕੋਈ ਨਾ, ਬਸ ਫਿਰ ਆਪਾਂ ਤੜਕੇ ਉਹ ਕਰ ਲਾਂਗੇ, ਮੈਂ ਚੱਲੇ ਇਹਨੂੰ ਪਸ਼ੂ ਨੂੰ ਪਾਣੀ ਤਾਂ ਨਹੀਂ, ਪਰ ਫਿਰ ਜਦੋਂ ਬੰਦਾ ਬਿਮਾਰ ਠਮਾਰ ਹੋ ਜਾਂਦਾ ਉਦੋਂ ਪੈਸੇ ਬਾਪੂ ਵੀ ਮੇਰੇ ਹੱਥ ਤੇ ਧਰ ਦੇ। ਬੰਟੂ ਨੇ ਕਦੇ ਐ ਮੰਗਿਆ ਵੀ ਬਾਪੂ ਮੈਨੂੰ 2,000-2,500 ਰੁਪਇਆ ਦੇ ਦੇ ਵੀ ਮੈਂ ਕੱਪੜੇ ਲਿਆਉਣੇ ਆ, ਜੇ ਉਹਦੀ ਘਰ ਵਾਲੀ ਬਿਮਾਰ ਹੋ ਗਈ ਤਾਂ ਹੁਣ ਫਿਰ ਬਾਪੂ ਹੀ ਦੇਊਗਾ ਪੈਸੇ? ਬਾਪੂ ਦਿੰਦਾ ਹੁੰਦਾ ਜੋ ਕਬੀਲਦਾਰੀ ਹੱਥ ਚ, ਬਾਪੂ ਬਾਪੂ ਇਹ ਗੱਲ ਨੂੰ ਸਮਝਦੇ ਨੀ, ਹੁਣ ਕਰੀਏ ਦੱਸ ਕੀ ਕਰੀਏ, ਕੀ ਕਰਨਾ ਕੀ ਹੈ? ਚੱਲ ਚੰਗਾ, ਮੈਂ ਤਾਂ ਫਿਰ ਰੋਟੀ ਰੁਕ ਚੱਲ 2 ਰੋਟੀਆਂ ਖਾ ਕੇ ਬਣਾ ਯਾਰ, ਬਸ ਕੋਈ ਨਾ ਨੀਰਾ ਜਰਾ ਤੜਕੀ ਦੇਖਾਂਗੇ ਤੜਕੇ ਹੀ ਵੱਢ ਲਈ ਹਰਾ। ਹੁਣ ਤਾਂ ਕਵੇਲਾ ਹੋਇਆ ਪਿਆ, ਫਿਰ ਉਹਦੀ ਗੱਲ, ਗਰਮੀ ਵਾਲੀ ਰੈਸਟ ਕਰਦੇ 2 ਘੰਟੇ, ਇੱਕ ਜਾ ਕੇ ਮੰਡੀ ਬਹਿ ਗਿਆ, ਦੂਜਾ ਘਰੋਂ ਨਿਕਲਦਾ, ਇਹ ਤਾਂ ਹੈ ਨੀ ਵੀ ਗਰਮੀ ਦੀ ਰੁੱਤ ਹੈ, ਸੁਨੇਹਾ ਜਾ ਕੇ ਕੋਈ ਕੰਮ ਕਰ ਲਈਏ, ਕਾਹਦੀ ਗੱਲ, ਇਹਨਾਂ ਨੇ ਕੰਮ ਤਾਂ ਕਰਨਾ ਇੰਨਾ ਕੋਈ, ਤਪਾਉਣਾ ਇਹਨਾਂ ਨੇ ਤਪਾਈ ਜਾਂਦੇ ਨੇ, ਠਿੱਠ ਕਰਕੇ ਮਾਰਤੇ ਕੰਜਰਾਂ ਨੇ, ਲਹੂ ਪੀਤਾ ਕਿੱਥੋਂ। ਬਾਪੂ ਹਾਂ, ਬੰਟੂ ਦਾ ਫੋਨ ਆਇਆ ਸੀ। ਕਿਵੇਂ ਆਇਆ ਸੀ ਫੋਨ? ਉਹ ਰਾਤ ਨਾ ਮੀਤ ਨੂੰ ਬਿਮਾਰ ਵਾਹਵਾ ਹੋ ਗਈ ਸੀ, ਉਹਨਾਂ ਨੇ ਦਾਖਲ ਕਰੀ ਸੀ ਤੇ ਉਹਦੇ ਬੋਤਲਾਂ ਲੱਗ ਗਈਆਂ ਸੀ, ਤੇ ਅੱਜ ਉਹਨੇ ਛੁੱਟੀ ਦਵਾਉਣੀ ਹੈ, ਤੇ ਉਹਨਾਂ ਨੂੰ ਰੁਪਈਏ ਚਾਹੀਦੇ, ਰੁਪਈਆ 25,000 ਰੁਪਇਆ ਬਿੱਲ ਬਣਿਆ ਸੀ ਉਹਦੇ ਕੋਲ, 10,000 ਰੁਪਇਆ ਕੋਲੇ ਸੀ ਤੇ 15,000 ਰੁਪਇਆ ਹੋਰ ਦੇ ਚਾਹੀਦਾ। ਕੋਈ ਮਾੜਾ ਮੋਟਾ ਕੋਈ ਸੰਗ ਨੂੰ ਹੱਥ ਮਾਰ ਲਓ, ਪਹਿਲਾਂ ਮੈਨੂੰ ਪੁੱਛ ਕੇ ਗਿਆ ਨਾ ਉੱਥੇ ਵੀ ਚਾਹੀਦਾ, ਪਹਿਲਾਂ ਤਾਂ ਗੱਲ ਹੀ ਨੀ ਕਰਦੀ ਆਉਂਦੀ ਵੀ ਉਹ ਰਾਤ ਦੀ ਮਾਜ, ਮੈਨੂੰ ਪਤਾ, ਮੈਨੂੰ ਕੱਲ੍ਹ ਦੇ ਪਤਾ ਸੀ ਬਿਮਾਰ ਦਾਖਲ ਕਰੀ ਉਹਨਾਂ ਨੇ, ਵੀ ਉਹਨੂੰ ਜਿੰਦਾ ਨੀ ਸੀ ਵੀ ਮੈਂ ਬਾਪੂ ਨੂੰ ਪੁੱਛ ਕੇ ਜਾਵਾਂ ਕੋਈ ਗੱਲ ਕਰਾਂ, ਉਹਦਾ ਮਾਂ ਦਾ ਹੋ ਕੇ ਚੱਲ ਪਿਆ, ਹੁਣ 10,000 ਰੁਪਏ ਦਾ ਫੜ ਕੇ ਲੱਗਾ, ਹੁਣ 25 ਨੂੰ ਹੋਰ ਥਾਂ ਕਰਤਾ, ਮੈਨੂੰ ਪੁੱਛਿਆ ਹੁੰਦਾ ਮੈਂ ਕੋਈ ਮਾੜਾ ਮੋਟਾ ਮੂੰਹ ਸਿਰ ਕਰਦਾ ਕਿਸੇ ਚੱਜ ਦੇ ਡਾਕਟਰ ਕੋਲ ਲੈ ਕੇ ਜਾਂਦਾ, ਸਸਤੇ ਕੋਲ ਉਹਦਾ ਉੱਥੇ ਜਿੱਥੇ ਜੀ ਕਰਦਾ ਉਹਦੇ ਲੈ ਕੇ ਬਹਿੰਦੇ ਨੇ, ਜਿਹੜਾ ਕਦੇ ਰੁਪਈਏ ਬਣਾਉਂਦਾ ਹੋਵੇ ਦੰਦੀਆਂ ਮਰਦਾ ਰੁਪਈਏ ਸੁਣਦਾ, ਐਂ ਲੱਗਦੇ ਨੇ ਕੰਧਾਂ ਨਾ ਲੱਗਦੇ ਨੇ ਇਹ, ਮੈਨੂੰ ਪੁੱਛ ਕੇ ਦੱਖ ਕਰੀ ਸੀ, ਹੁਣ ਵੀ ਬਾਪੂ ਨੂੰ ਪੁੱਛ ਲਓ ਛੁੱਟੀਆਂ ਦਵਾਉਣ ਨੂੰ।
ਚੰਗਾ ਯਾਰ ਸੇਠ ਨੂੰ ਫੋਨ ਕਰਦੇ ਫਿਰ, ਸੇਠ ਤੋਂ ਰੁਪਈਆ ਫੜ ਕੇ ਲੈ ਜਾਊਂਗਾ ਮੈਂ। ਅੱਗੇ ਮੈਨੂੰ ਸੇਠ ਨੂੰ ਫੋਨ ਕਰੇ ਮੈਂ ਜਦੋਂ ਅੱਗੇ 10,000 ਰੁਪਈਆ ਫੜਿਆ, ਹੁਣ ਮੇਰੀ ਫੇਰ ਫੜ ਦੋ। ਮੈਂ ਤਾਂ ਛੱਡਿਆ ਸਾਰਾ ਕੁਛ, ਮੈਂ ਤੁਹਾਡਾ ਕੰਮ ਹੁਣ, ਹੁਣ ਕੁਛ ਕਰੋ ਨਾ ਕਰੋ, ਨਾ ਮੈਂ ਸੇਠਾਂ ਨੂੰ ਫੋਨ ਕਰਾਂ ਨਾ ਮੈਨੂੰ ਲੋੜ ਹੈ ਕਿਸੇ ਦੀ, ਬਸ ਮੈਂ ਤਾਂ ਸਾਰਾ ਕੁਛ ਤੁਹਾਨੂੰ ਸਮਝਾਇਆ ਵਾ, ਅੱਡ ਵੀ ਰਹੋ ਇਕੱਠੇ ਰਹੋ ਕੁਛ ਕਰੋ। ਪਹਿਲਾਂ ਮੈਨੂੰ ਆਇਆ ਸੀ, ਹੁਣ ਤੱਕ ਵੀ ਤੁਹਾਡਾ ਕੰਜਰੋ ਕੁਛ ਬਣੀ ਜਾਂਦਾ ਵੀ ਕਰਦੇ, ਇੱਕ ਦੂਜੇ ਦੇ ਹੱਥ 'ਚ ਪੈ ਗਈ, ਉਹ ਆਇਆ ਖੋਹ ਨਹੀਂ ਬਾਜ਼ਾਰ ਵਾਲਾ ਖਾਈ ਜਾਂਦਾ, ਦੂਜਾ ਖੋਹ ਨਹੀਂ ਇਹ ਖੇਤ ਵਾਲਾ ਖਾਈ ਜਾਂਦਾ। ਮੈਂ ਤਾਂ ਵਿੱਚ ਵਿਚਾਲੇ ਫਸਦਾ ਸੀ, ਮੈਨੂੰ ਕੀ ਲੋੜ ਸੀ ਸ਼ਾਬਾ ਬਣਾਉਣ ਦੀ, ਮੈਂ ਕਿਉਂ ਬਣਾਊਂਗਾ, ਆਪੇ ਮਰੋ ਬਚੋ ਕੁਛ ਕਰੋ ਬਸ। ਛੁੱਟੀਆਂ ਲੋਕ ਕਰਿਆ ਸੀਗਾ, ਇਹੋ ਜਿਹਾ ਜਾ ਕੇ ਖੜੇ ਜੇ ਕਿੰਨਾ ਨੇ ਉਹ ਜੇ ਥਾਂ ਫਸ ਦੇਣਾ, ਜੇ 20-25 ਹਜ਼ਾਰ ਰੁਪਏ ਆਉਂਦਾ, ਮਾੜਾ ਮੋਟਾ ਕੋਈ ਬੁਖਾਰ ਪਾ ਕੋਈ ਢਿੱਲ ਮਸ ਹੋ ਗਿਆ, ਇਹੋ ਜਿਹੀਆਂ ਗੱਲਾਂ ਹੁੰਦੀਆਂ, ਕੋਈ ਉਹਨੂੰ ਟੀਵੀ ਦੀ ਬਿਮਾਰੀ ਸੀ ਵੀ ਉਹਨੂੰ ਆਇਆ ਹੋ ਗਿਆ। ਚੱਲ ਮਾਂ ਨੂੰ ਵੀ ਫੋਨ ਕਰਕੇ ਦੇਖਾਂ, ਕੱਲ੍ਹ ਦੀ ਗਈ ਹੋਈ ਹੈ, ਅੱਜ ਫਿਰ ਇੰਨਾ ਕੁ ਵੇਲਾ ਕਰਤਾ, ਐਂ ਨਹੀਂ ਪਤਾ ਹਜੇ ਆਊ ਇਰਾਦਾ ਹੈਗਾ ਵੀ ਹੈ ਕਿ ਨਾ, ਪਤਾ ਨਹੀਂ ਇਹੋ ਜਿਹੀ ਕੀ ਗੱਲਾਂ ਪਿੰਡ ਪਾ ਕੇ ਪੈ ਗਈ ਉਹਨਾਂ ਨਾਲ। ਲੈ ਨਾ ਫੋਨ ਚੱਕਦੀ ਹੈ, ਦੁਬਾਰੇ ਲਾਉਣ ਦੇ। ਹੈਲੋ, ਹਾਂ ਮਾਂ ਠੀਕ ਹੈ? ਹਾਂ ਹਾਂ ਠੀਕ ਹੈ, ਹੋਰ ਕਿਵੇਂ ਆ ਸਾਰੇ ਇੱਥੇ? ਅੱਛਾ, ਉਹ ਮੈਂ ਤਾਂ ਨਾ ਤਾਂ ਤੂੰ ਕੋਈ ਮੈਨੂੰ ਅਤਾ ਪਤਾ ਦੱਸਿਆ ਵੀ ਕੀ ਬਣਿਆ ਕੀ ਨਾ, ਇੱਥੇ ਮੈਨੂੰ ਹੋਰ ਟੈਨਸ਼ਨ ਲੱਗੀ ਪਈ ਹੈ ਵੀ ਕੱਲ੍ਹ ਦੀ ਗਈ ਆ, ਪਤਾ ਨਹੀਂ ਇਹੋ ਜਿਹੀ ਕੀ ਗੱਲ ਹੋ ਗਈ, ਅਤੇ ਹੋਰ ਹੁਣ ਮੈਨੂੰ ਤਾਂ ਹੋਣੀ ਸੀਗੀ ਟੈਨਸ਼ਨ। ਅੱਛਾ ਮਾਸੀ ਕੋਲ ਵਗ ਗਈ ਸੀ, ਮੈਂ ਹੁਣ ਮਾਸੀ ਕੋਲ ਕੀ ਕਰਨ ਜਾਣਾ ਸੀਗਾ, ਤਾਂ ਘਰੇ ਤਾਂ ਤੈਨੂੰ ਪਤਾ ਹੈਗਾ ਵੀ ਇੱਥੇ ਐਂ ਨਹੀਂ ਪਤਾ ਵੀ ਆਪਦੇ ਕੋਈ ਚੀਜ਼ ਵਕਤ ਦੀ ਲੋੜ ਪੈ ਜਾਏ, ਰੋਟੀ ਟੋਕ ਤੈਨੂੰ ਪਤਾ ਹੈਗਾ, ਪਹਿਲਾਂ ਤਾਂ ਮੈਂ ਕੱਲ੍ਹ ਮੰਗਾ ਕੇ ਖਾਧਾ ਹੈਗਾ ਹੋਟਲ ਤੋਂ, ਅੱਜ ਤੜਕੇ ਫਿਰ ਮੈਨੂੰ ਲੈ ਕੇ ਆਉਣਾ ਪਿਆ। ਅੱਛਾ, ਨਾ ਮਾਮਾ ਫਿਰ ਕੀ ਕਰਨ ਆ ਗਿਆ ਇੱਥੇ? ਅੱਛਾ ਬੁਲਾਇਆ ਸੀਗਾ ਉਹ? ਹਾਂ ਹਾਂ ਉਹ ਤਾਂ ਮੈਂ ਤੈਨੂੰ ਇਹੀ ਗੱਲ ਦੱਸਦਾ ਸੀਗਾ, ਭਾਬੀ ਵਰਗਿਆਂ ਨੂੰ ਤਾਂ ਮੈਂ ਇੱਥੇ ਬੁਲਾ ਲਿਆ ਸੀਗਾ ਜਦੋਂ ਤੂੰ ਗਈ ਸੀ, ਅਤੇ ਹੋਰ ਹੁਣ ਉਹ ਨਹੀਂ ਮੈਨੂੰ ਤਾਂ ਐਂ ਸੀਗਾ ਵੀ ਚੱਲ ਇਹਨਾਂ ਨਾਲ ਮੈਂ ਗੱਲਬਾਤ ਕਰ ਲਊਂਗਾ, ਨਾਲੇ ਮਾਮੇ ਬਾਰੇ ਦੱਸ ਦੂੰਗਾ ਵੀ ਜਿਹੜਾ ਉਹਦਾ ਸਿਆਣੇ ਦਾ ਕਹਿੰਦੇ ਸੀਗੇ ਆਪਾਂ ਵੀ ਕੋਈ ਮੂੰਹ ਸਿਰ ਹੋਇਆ ਨੀਗਾ ਵੀ ਉਹ ਕਹਿੰਦੇ ਆ ਵੀ ਪਾਉਂਦੇ ਨਾ ਹੀ ਅਸੀਂ ਮਿਲਣੀ ਕਰਨੀ ਹੈ, ਉਸੇ ਦੀ ਗੱਲਬਾਤ ਕਰਕੇ ਸੱਦਿਆ ਸੀਗਾ ਮੈਂ, ਮੈਂ ਚੱਲ ਜੇ ਤੇਰੇ ਨਾਲ ਨਾ ਗੱਲ ਹੋਊ ਮੈਂ ਤਾਂ ਕਿਹਦਾ ਦੱਸ ਦੂੰਗਾ ਨਾ ਇਹਨਾਂ ਨੂੰ। ਹਾਂ ਹਾਂ ਉਹ ਤਾਂ ਮੈਨੂੰ ਇਹੀ ਰਾਏ ਦੇ ਕੇ ਗਈਆਂ ਨੇ ਦੋਨੇ ਜਾਣੀਆਂ, ਕਹਿੰਦੀ ਵੀ ਤੂੰ ਬਾਹਲਾ ਕੁਛ ਨਾ ਕਰ, ਵਿਆਹ ਕਰਨ ਨਾਲੋਂ ਐਵੇਂ ਪੈਲਸ ਦਾ ਖਰਚਾ ਕਰਨ ਨਾਲੋਂ ਵੀ ਤੂੰ ਚੁੰਨੀ ਚੜਾਵਾ ਕਰ ਲਾ, ਅਤੇ ਹੋਰ ਹੁਣ ਨਾਲੇ ਸਮਾਂ ਦੀ ਇਹ 'ਚ ਐਂ ਫਾਇਦਾ ਹੈਗਾ ਨਾ ਆਪਾਂ ਨੂੰ ਕੋਈ ਮਿਲਣੀ ਕਰਾਉਣ ਦੀ ਲੋੜ ਪੈਣੀ ਹੈ, ਨਾ ਕੋਈ ਉਹਦੇ ਰਿਸ਼ਤੇਦਾਰ ਬੁਲਾਉਣ ਦੀ ਲੋੜ ਪੈਣੀ, ਉਹਦੇ ਘਰਦੇ ਆਉਣਗੇ ਇਕੱਲੇ, ਇੱਧਰੋਂ ਆਪਾਂ ਵਗ ਚੱਲਾਂਗੇ, ਚੱਲ ਇਹਨਾਂ ਨੂੰ ਬੁਲਾ ਲਾਂਗੇ ਆਪਾਂ ਉੱਥੇ, ਅਤੇ ਆਪਾਂ ਚੁੰਨੀ ਚੜਾਵਾ ਕਰਕੇ ਲਿਆਵਾਂਗੇ, ਪਾਰਟੀ ਫੇਰ ਆ ਕੇ ਕਰ ਦਿਆਂਗੇ ਇੱਥੇ। ਹਾਂ ਆਪਦੇ ਵੱਲੋਂ ਤਾਂ ਉਹ ਵਧੀਆ ਸਕੀਮ ਦੇ ਕੇ ਗਈਆਂ ਨੇ, ਮੈਂ ਤਾਂ ਹੀ ਬੁਲਾਇਆ ਸੀਗਾ ਉਹਨਾਂ ਨੂੰ, ਮੈਂ ਨਾਲੇ ਤਾਂ ਉਹਨਾਂ ਨੂੰ ਮੈਂ ਸਾਰੀ ਗੱਲਬਾਤ ਦਾ ਦੱਸ ਦੂੰਗਾ ਵੀ ਵਿਆਹ ਕਿਵੇਂ ਹੋ ਰਿਹਾ ਹੈਗਾ, ਅਤੇ ਨਾਲੇ ਮੈਂ ਕਿਹਾ ਉਹਨਾਂ ਨੂੰ ਪੁੱਛ ਲੂੰਗਾ ਮੈਂ ਵੀ ਭਾਈ ਕਿਵੇਂ ਕਰ ਗਏ ਹੁਣ। ਹਾਂ ਹਾਂ ਤੈਨੂੰ ਪਤਾ ਫਿਰ ਉਹਨਾਂ ਦਾ ਸੁਭਾਅ ਤਾਂ ਵਧੀਆ ਹੈਗਾ, ਹੁਣ ਮਾਮੇ ਦਾ ਤਾਂ ਚੱਲ ਸੁਭਾਅ ਜਿਹੜਾ ਗੁੱਸੇ ਵਾਲਾ ਹੈਗਾ ਹੈਗਾ, ਉਹ ਤਾਂ ਫਿਰ ਵੀ ਸਮਝ ਲੈਂਦੀਆਂ ਦੇ ਗੱਲ ਨੂੰ। ਹਾਂ ਅਤੇ ਮਾਮਾ ਕੀ ਕਹਿੰਦਾ ਸੀ? ਅੱਛਾ ਹਾਂ ਊਂ ਹੈਗੀ ਤਾਂ ਖੈਰ ਗਰਮੀ ਸੀ। ਅੱਛਾ ਬਿਮਾਰ ਜਾਨ ਸਾਰੀ ਹੋ ਗਈ ਹੈ ਹੁਣ ਫਿਰ, ਚੱਲ ਉਹ ਤਾਂ ਠੀਕ ਹੈ, ਜਿਹੜਾ ਕੁਛ ਕਹਿਣਾ ਸੀਗਾ ਉਹ ਤਾਂ ਕਹਿ ਗਿਆ, ਮੈਂ ਤਾਂ ਤੈਨੂੰ ਐਂ ਪੁੱਛਦਾ ਸੀ ਵੀ ਤੂੰ ਅੱਜ ਆਏਗੀ ਕਿ ਆਉਣਾ ਨੀਗਾ ਹੁਣ।
ਅੱਛਾ ਆਇਆ ਨਹੀਂ ਆਣਾ, ਚਲ ਫਿਰ ਦੇਖ ਲਾ ਜਿਵੇਂ ਤੈਨੂੰ ਲੋਟ ਲੱਗਦਾ, ਫਿਰ ਤੂੰ ਕੱਲ ਨੂੰ ਦੇਖ ਲਈ, ਫਿਰ ਕੱਲ ਨੂੰ ਆ ਜੀ, ਫਿਰ ਮੈਂ ਐਂ ਕਰਦਾਂਗਾ ਹੈ ਨਾ, ਦਿਨ ਹਜੇ ਬਥੇਰਾ ਖੜਾ ਹੈਗਾ, ਜਾ ਕੇ ਮੈਂ ਪਤਾ ਲਿਆਊਂਗਾ ਫਿਰ ਭਾਬੀ ਦਾ, ਹੋਰ ਨਾਲੇ ਫਿਰ ਅਗਲੇ ਦਿਨ ਮਨ 'ਚ ਜਾਊਗੀ ਵੀ ਅਸੀਂ ਤਾਂ ਇੰਨਾ ਆਈਆਂ ਹੈਗੀਆਂ ਉੱਥੇ ਸਾਰੀ ਰਹਿਬਾੜੀ ਕਰਕੇ ਗਈਆਂ ਵੀ ਸਾਡਾ ਬਿਮਾਰ ਹੋਇਆ ਤਾਂ ਹੁਣ ਪਤਾ ਵੀ ਨਹੀਂ ਰਹਿਣਾ। ਹਾਂ, ਚੱਲ ਕੋਈ ਨਾ, ਮੈਂ ਜਾ ਕੇ ਪਤਾ ਲਿਆਊਂਗਾ, ਨਾਲੇ ਮੈਨੂੰ ਪਤਾ ਲੱਗ ਜੂਗਾ ਵੀ ਕੀ ਕਹਿੰਦੇ, ਕੀ ਘਰੇ ਗੱਲਬਾਤ ਹੁੰਦੀ ਹੈ ਇਹਨਾਂ ਦੀ। ਠੀਕ ਹੈ, ਚੱਲ ਠੀਕ ਆ ਫਿਰ, ਮੈਂ ਤਾਂ ਇਹੀ ਪੁੱਛਦਾ ਸੀਗਾ, ਮੈਂ ਵੀ ਆਉਣਾ ਕਿ ਅੱਜ ਨਹੀਂ ਆਉਣਾ ਹੈਗਾ, ਨਹੀਂ ਫਿਰ ਮੈਂ ਰੋਟੀ ਡੁੱਕਦਾ ਫਿਰ ਆਪਦਾ ਟਾਈਮ ਨਾਲ ਹੀ ਹੱਲ ਕਰਨਾ। ਹੋਰ ਤੈਨੂੰ ਪਤਾ ਹੈਗਾ ਫਿਰ ਹੁਣ ਹੱਥ ਨੇ ਬਾਹਲਾ ਕਬੇਲੇ ਵੀ, ਫਿਰ ਘਰੇ ਐਵੇਂ ਬਾਹਰ ਲਾ ਕੇ ਜਾਇਆ ਨਹੀਂ ਜਾਂਦਾ, ਕਿਉਂ ਹੱਥ ਨੇ ਕੀ ਪਤਾ ਹੁੰਦਾ ਕਿਸੇ ਦਾ। ਹਾਂ, ਮੈਂ ਫਿਰ ਟਾਈਮ ਨਾਲ ਹੀ ਜਾ ਕੇ ਰੋਟੀ ਫੜ ਲਿਆਊਂਗਾ, ਜਦੋਂ ਰੋਟੀ ਦੇ ਖਾਣ ਦਾ ਟਾਈਮ ਹੋਊਗਾ ਉਦੋਂ ਦੁਬਾਰੇ ਗਰਮ ਕਰ ਲੂੰ ਕੋਈ। ਚੰਗਾ, ਹਾਂ ਚੱਲ ਮੈਨੂੰ ਫਿਰ ਫੋਨ ਕਰ ਦੀ ਜਦੋਂ ਇੱਥੋਂ ਚੜ੍ਹਾ ਕੇ ਲੈ ਕੇ ਆਉਣਾ ਹੋਇਆ ਤੈਨੂੰ, ਫਿਰ ਮੈਂ ਕੱਲ੍ਹ ਨੂੰ ਚੜ੍ਹਾ ਕੇ ਲੈ ਜਾਊਂ ਅੱਡੇ ਤੋਂ। ਚੰਗਾ, ਕੋਈ ਗੱਲ ਨਹੀਂ, ਬੇਫਿਕਰ ਹੋ ਕੇ ਤੂੰ ਮਾਸੀ ਨੂੰ ਚੜ੍ਹਾ ਆਈ ਫਿਰ ਏਅਰਪੋਰਟ ਦੇ ਨਾਲ। ਠੀਕ, ਚੱਲ ਆਹ ਤਾਂ ਵਧੀਆ ਹੋਇਆ, ਚੱਲ ਜਿਹੜਾ ਸਾਰੇ ਗੱਲਬਾਤ ਦਾ ਪਤਾ ਲੱਗ ਗਿਆ। ਹੁਣ ਗੱਲ ਤਾਂ ਇੱਕ ਦੀ ਟੈਨਸ਼ਨ ਹੈਗੀ, ਮਾਮਾ ਵੀ ਗੁੱਸਾ ਕਰੀ ਬੈਠਾ ਹੈਗਾ, ਅੱਗੇ ਉਹ ਬਿਮਾਰ ਹੋ ਗਈਆਂ, ਅੱਗੇ ਇੱਥੇ ਪਤਾ ਲੈਣਾ ਹੀ ਅਸੀਂ ਕਿਤੇ ਜਗ੍ਹਾ ਦੇ ਮੇਰੇ ਨਾਲ ਗੜ ਪਏ ਜੀ, ਮੈਨੂੰ ਆਪਦੀ ਟੈਨਸ਼ਨ ਹੈਗੀ, ਜੇ ਊਂ ਨਹੀਂ ਪਤਾ ਲੈਣ ਜਾਂਦਾ ਤਾਂ ਉਹਨਾਂ ਦੇ ਮਨ ਦੇ ਵਿੱਚ ਐਂ ਜਾਊਗਾ ਵੀ ਅਸੀਂ ਇੱਥੇ ਆਈਆਂ ਸੀਗੀਆਂ, ਪਤਾ ਨਹੀਂ ਵੀ ਹੁਣ ਜਦੋਂ ਸਾਡੀ ਵਾਰੀ ਆਈ ਹੈ ਵੀ ਇੱਥੇ ਪਤਾ ਵੀ ਨਹੀਂ ਲੈਣ ਆਇਆ ਗਾ, ਵੀ ਪਤਾ ਨਹੀਂ ਆਪਦੇ ਮਤਲਬ ਨਹੀਂ ਫਿਰ ਤੁਰੇ ਫਿਰਦੇ ਆ ਵੀ। ਚੱਲ ਕੁਛ ਨਹੀਂ ਹੁੰਦਾ, ਵਿਸ਼ ਦੀ ਟਾਈਮ ਕੱਢ ਕੇ ਘੰਟਾ ਜਾ ਆਊਂਗਾ, ਮਾਮੇ ਨੇ ਤਾਂ ਜਿਹੜਾ ਬੋਲਣਾ ਉਹ ਤਾਂ ਬੋਲ ਹੀ ਜਾਣਾ। ਚਲੋ ਮੈਂ ਦੇਖਾਂ ਸੁ ਕਰਾਂ ਕੰਮ ਤੁਹਾਡਾ ਫਿਰ। ਆਇਆ ਆਇਆ ਆ ਗਏ? ਹਾਂ ਬਾਪੂ, ਦਵਾ ਦਿਓ ਛੁੱਟੀ। ਹਾਂ ਛੁੱਟੀ ਦਵਾਤੀ। ਹੋਰ ਠੀਕ ਠਾਕ ਹੋ ਭਾਈ? ਹਾਂ ਉਹ ਤਾਂ ਠੀਕ ਆ, ਬਸ ਉਹ ਡਾਕਟਰ ਨੇ ਕਿਹਾ ਇੱਕ ਤਾਂ ਬਾਲਾ ਤਲਿਆ ਫਲਿਆ ਨਹੀਂ ਖਾਣਾ ਤੇ ਰੈਸਟ ਕਰਨਾ। ਮਾੜਾ ਮੋਟਾ ਕਿਸੇ ਨੂੰ ਪੁੱਛ ਦੱਸ ਕੇ ਵਗ ਜਾ ਕਰੋ ਕਿ ਇਹ ਚੱਜ ਦੇ ਡਾਕਟਰ ਕੋਲੇ, ਹੋਰ ਦਿਖਾ ਲੈ ਬਠਿੰਡੇ ਦਿਖਾ ਲੈਂਦੇ, ਇੱਥੇ ਲੈ ਕੇ ਸੜਿਆਂ ਕੋਲੇ ਬਹਿ ਗਿਆ, ਰੁਪਈਆਂ ਦੇ ਖਾਣ ਨੂੰ ਇਕੱਲੇ ਰੁਪਈਏ ਦੇਖਦੇ ਤੁਹਾਨੂੰ ਦੱਸ, ਦੰਦੀਆਂ ਵੱਢੀਆਂ ਰੁਪਈਆਂ ਦੇ। ਉਹ ਇਨਫੈਕਸ਼ਨ ਹੋਈ ਪਈ ਸੀ ਲੀਵਰ 'ਚ ਬਾਪੂ, ਫਿਰ ਉਹ ਵਧੀਆ ਡਾਕਟਰ ਹੈਗਾ, ਮਾੜਾ ਤਾਂ ਕਾਹਨੂੰ, ਹੁਣ ਪੈਸੇ ਤਾਂ ਹੁਣ ਡਾਕਟਰਾਂ ਕੋਲ ਲੱਗਦੇ ਹੀ ਹੁੰਦੇ ਆ। ਪੈਸੇ ਤਾਂ ਲੱਗਣੀ ਆ, ਮੈਂ ਕਿਵੇਂ ਕਹਿੰਦਾ ਪੈਸੇ ਡਾਕਟਰ ਕੋਲੋਂ ਦਿੰਦੇ ਹੁੰਦੇ ਨਾ, ਡਾਕਟਰ ਨੂੰ ਤਾਂ ਆਪ ਨੂੰ ਦੇਣੇ ਪੈਂਦੇ ਹੁੰਦੇ ਨੇ। ਉਹ ਫਿਰ ਹੋਰ ਕੀ ਕੀਤਾ ਜਾ, ਮੈਨੂੰ ਮਾਰ ਮਾਰ ਭਾਈ ਅਜਾਊਗੀ ਮੀ ਤਾਂ ਭਾਬੀ, ਹੁਣ ਦਵਾਈ ਤਾਂ ਬਾਪੂ ਦਵਾਉਣੀ ਪੈਂਦੀ ਹੈ, ਦੱਸ ਹੁਣ ਮੈਂ ਕਿਦੋਂ ਕਹਿੰਦਾ ਨਾ ਦਵਾ ਦਵਾਈ ਭਾਈ, ਤੂੰ ਆਇਆ ਨਹੀਂ ਸੀ ਘਰੇ, ਮੈਂ ਫਿਰ ਹੈਪੀ ਨੂੰ ਕਹਿ ਕੇ ਭੱਗ ਗਿਆ ਭਾਈ, ਮੈਂ ਤਾਂ ਜਾਣਾ, ਹੁਣ ਇਹਦੇ 'ਚ ਤਾਂ ਕੋਈ ਲੜਨ ਵਾਲੀ ਗੱਲ ਹੀ ਨਹੀਂ ਹੈਗੀ। ਦੱਸ ਚੱਲ ਕੋਈ ਨਹੀਂ, ਮੈਂ ਕਹਿੰਦਾ ਲੜਨ ਵਾਲੀ ਕੀ ਗੱਲ ਨਾ, ਲੜਕੇ ਗੱਲ ਸੁਣ ਲਓ ਭਾਈ, ਇੱਕ ਮੇਰੀ ਤੁਹਾਡੇ ਪੈਰੋਂ ਬਹੁਤ ਕੁਝ ਵਿਗੜੀ ਜਾਂਦਾ ਹੁਣ, ਨਾ ਤਾਂ ਤੁਸੀਂ ਮੇਰੀ ਸਕਰੀ 'ਚ ਬਣਨਾ, ਨਾ ਮੈਂ ਤੁਹਾਡੀ ਸਕਰੀ 'ਚ ਜਾਵਾਂ, ਲੜ ਮੈਂ ਕੁਸਾਲ ਦੇ ਭਾਣਜੇ ਦੇ ਜਾਵਾਂ, ਨਾਨਕੇ ਦੇ ਜਾਵਾਂ, ਕਿਸੇ ਦੇ ਜਾਵਾਂ ਨਾ ਆਵਾਂ, ਤੁਸੀਂ ਮੇਰੀ ਸਕਰੀ 'ਚ ਆਉਣਾ ਜਾਣਾ ਨਹੀਂ, ਜੇ ਮੈਂ ਤੁਹਾਡੀ ਸਕਰੀ 'ਚ ਆਉਣਾ ਜਾਣਾ ਨਹੀਂ, ਆਪਦਾ ਕੰਮ ਕਰੋ, ਨਵੇੜੋ, ਖਾਓ ਪੀਓ, ਮੌਜ ਉਡਾਓ, ਮੇਰੇ ਮੈਨੂੰ ਕੁਛ ਕਰੋ। ਲੈ ਬਾਪੂ ਆਹ ਕੀ ਗੱਲ ਬਣੀ, ਦੱਸ ਐਡੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਬਸ ਕੋਈ ਨਹੀਂ, ਗੱਲ ਜਿਹੜੀ ਹੋਣੀ ਸੀ ਵਾਹ ਗਈ, ਕੁਛ ਨਹੀਂ ਹੋਇਆ, ਗੱਲਾਂ ਤੋਂ ਮੈਂ ਕੀ ਲੈਣਾ, ਤੁਸੀਂ ਮੇਰੀਆਂ ਗੱਲਾਂ ਤੋਂ, ਨਾਲੇ ਮੈਂ ਗਾਹਾਂ ਗੱਲਾਂ ਤੋਂ ਕੀ ਲੈਣਾ, ਡਿਊਟੀ ਹੋਰ ਠੀਕ ਆ, ਆਪਦਾ ਕੰਮ ਕਰੋ। ਉਹ ਹੈਪੀ ਕੇ ਬਾਪੂ ਨੂੰ ਸਮਝਾਉਣਾ, ਭੂਆ ਕੀ ਸੋਚੂਗੀ ਦੱਸ। ਹੁਣ ਇਹ ਆਪ ਹੀ ਨਹੀਂ ਸੋਚਦਾ, ਫਿਰ ਹੁਣ ਆਪਾਂ ਕੀ ਸੋਚ ਸਕਦੇ ਹਾਂ ਯਾਰ, ਫਿਰ ਹੁਣ ਆਪਾਂ ਕੀ ਕਹਿ ਸਕਦੇ, ਫਿਰ ਚੱਲ ਨਾ ਜਾਵਾਂਗੇ ਜਦੋਂ ਆਪਾਂ ਜਾ ਨਹੀਂ ਦਿੰਦਾ ਇਹ, ਇਹ 'ਚ ਕੀ ਅਰਜਾ, ਭੂਆ ਨੂੰ ਜਵਾਬ ਦੇ ਦੇ, ਫੋਨ ਕਰ ਦੇਗਾ ਇਹ ਤੂੰ। ਉਹ ਅੱਗੇ ਨੇ ਰਿਸ਼ਤੇਦਾਰਾਂ ਨਾਲ ਟੁੱਟ ਗਏ, ਹੁਣ ਭੂਆ ਨਾਲ ਟੁੱਟ ਜਾਗੇ, ਦੱਸ 30-35 ਹਜ਼ਾਰ ਰੁਪਇਆ ਇੱਧਰ ਲੱਗ ਗਿਆ, 30-35 ਨੂੰ ਉੱਧਰ ਥੱਕਦਾ, 70-80 ਹਜ਼ਾਰ ਰੁਪਇਆ ਲੱਗ ਇਹਨਾਂ ਦਿਨਾਂ 'ਚ, 70-80 ਹਜ਼ਾਰ ਸਾਰੇ ਸਾਲ 'ਚ ਨਹੀਂ ਬਣਦਾ। ਉਹ ਫਿਰ ਉਹੀ ਗੱਲਾਂ ਬਾਪੂ, ਦਵਾਈ ਤਾਂ ਦਵਾਉਣੀ ਆ, ਵਿਆਹ ਤੇ ਵੀ ਜਾਣਾ ਜ਼ਰੂਰੀ ਆ,
ਜੋ ਪਹਿਲਾਂ ਹੁਣ ਸਕੀਰੀਆਂ ਵਧਾਈਆਂ ਸੀ ਉਹਦੇ ਪਰ ਮੰਨ ਕੇ ਨਾ ਵਰਤਦਾ ਉਦੋਂ ਨਾ ਪਾ ਦੇ ਉਹਨਾਂ ਨੂੰ ਰੁਪਈਆ ਦਿੰਦਾ ਵਾ ਅੱਗੇ ਦੇਣੇ ਤਾਂ ਅਗਲੇ ਦੇ ਲਾਉਣੇ ਪੈਣਗੇ ਜਿੰਨੇ ਕੁ ਅਗਲੇ ਤੋਂ ਲਵਾਏ ਉਹਨੇ ਕੁ ਲਾਉਣੇ ਵੀ ਪੈਣਗੇ ਉਹ ਸਾਡੇ ਵਿਆਹ ਵੇਲੇ ਨੀ ਲਾ ਕੇ ਗਈ ਭੂਆ ਲਾ ਕੇ ਗਈ ਹੈ ਮੈਂ ਕਿਹਾ ਕਿ ਨਾ ਲਵਾਏ ਅਗਲੇ ਨੂੰ ਉਹਦਾ ਮੈਂ ਦੇਊਂਗਾ ਜਿਹੜਾ ਮੈਂ ਕਹਿਆ ਉਹ ਤਾਂ ਕਰਨ ਨੂੰ ਮੈਨੂੰ ਮੇੜਦਾ ਚੱਲ ਮਰਜ਼ੀ ਹੈ ਬਾਪੂ ਕੁਛ ਮਰਜ਼ੀ ਕਰ ਲਾ ਤੇਰੀ ਮਰਜ਼ੀ ਹੈ ਹਾਂ ਮਹਾਰੇ ਹੋਏ ਤੁਰੇ ਫਿਰਦੇ ਨਾ ਹੁਣ ਬਾਪੂ ਤੇਰੀ ਮਰਜ਼ੀ ਹੈ ਬਾਪੂ ਤੇਰੀ ਮਰਜ਼ੀ ਹੈ ਵਿੱਚੋਂ ਗੱਲ ਤਾਂ ਫੜਦੇ ਨਹੀਂ ਹੋਰ ਗੱਲਾਂ ਲੱਗ ਜਾਂਦੇ ਕੱਲ ਹੁਣ ਚਲੋ ਦਫਾ ਦਵਾਈ ਦੇਵਾਂ ਤੈਨੂੰ ਦਵਾਈ ਤਾਂ ਭੈਣੇ ਮੈਂ ਲੈ ਕੇ ਪਈ ਸੀਗੀ ਅੱਛਾ ਲੈ ਪਾਣੀ ਪੀ ਲਾ ਫਿਰ ਲੈ ਪਾਣੀ ਦੇ ਦੇ ਪਾਣੀ ਦਾ ਤਾਂ ਐ ਦਵਾਈਆਂ ਨਾਲ ਬਾਰ ਬਾਰ ਮੂੰਹ ਜਾ ਸੁੱਕੀ ਜਾਂਦਾ ਮੈਂ ਵੀ ਨਾ ਨਹਾਉਣ ਜਾਵੜੀ ਸੀ ਮੈਨੂੰ ਐ ਲੱਗਿਆ ਵੀ ਤੇਰੀ ਜਿਵੇਂ ਅੱਖ ਲੱਗ ਗਈ ਹੁੰਦੀ ਹੈ ਤੇ ਮੈਂ ਕਿਹਾ ਚੱਲ ਪਿੰਡੇ ਤੇ ਪਾਣੀ ਪਾਇਆ ਵਾ ਗਰਮੀ ਹੈਗੀ ਹੈ ਗਰਮੀ ਚ ਤਾਂ ਐ ਦੋ ਤਿੰਨ ਵਾਰੀ ਬੰਦਾ ਨਹਾ ਹੀ ਲੈਂਦਾ ਨਹਾ ਲੈਂਦਾ ਚੱਲ ਵਧੀਆ ਕੀਤਾ ਤੂੰ ਨਾਲ ਹੀ ਕੰਮ ਮੁੱਕ ਗਿਆ ਭੈਣੇ ਸਾਰਾ ਕੰਮ ਤਾਂ ਮੁੱਕਿਆਂ ਵਰਗਾ ਹੀ ਹੈ ਮੇਰੀ ਗੱਲ ਸੁਣ ਬਾਪੂ ਜੀ ਤਾਂ ਬਾਹਰ ਨੂੰ ਜਾਵੜੇ ਬਾਪੂ ਜੀ ਤਾਂ ਜਾਵੜੇ ਮੈਂ ਤੁਹਾਨੂੰ ਆਪ ਗੱਲ ਕਰਦੀ ਸੀ ਭੈਣੇ ਤੇਰੀ ਗੱਲ ਮੂੰਹ ਚ ਹਜੇ ਮੈਂ ਕਹਿੰਦੀ ਸੀ ਬਾਪੂ ਜੀ ਗੱਲ ਕਹਿਣ ਲੱਗੇ ਕਿ ਪਿੱਛੇ ਕਿਉਂ ਨਹੀਂ ਸੋਚਦੇ ਹੈਗੇ ਇਹ ਵੀ ਨਹੀਂ ਦੇਖਦਾ ਵੀ ਉਹ ਮਰੀਜ਼ ਆ ਦੋ ਦਿਨਾਂ ਤੋਂ ਛੁੱਟੀ ਮਿਲੀ ਆ ਹਸਪਤਾਲ ਚੋਂ ਵੀ ਘਰੇ ਆਈ ਹੈ ਵੀ ਉਹਨੂੰ ਅੰਦਰ ਵਗ ਜਾਣ ਤੇ ਫੇਰ ਗੱਲਾਂ ਕਰ ਲੈ ਲੜਦੇ ਹੈ ਬਾਪੂ ਜੀ ਨੂੰ ਬਸ ਬਹਾਨਾ ਹੀ ਚਾਹੀਦਾ ਹੁੰਦਾ ਮੇਰੀ ਗੱਲ ਸੁਣ ਮੀਤ ਜੇ ਬਾਪੂ ਜੀ ਇੰਨੀ ਗੱਲ ਸੋਚ ਲਏ ਹੁਣ ਵੇਖ ਆਪਾਂ ਸੱਸ ਤੋਂ ਬਿਨਾਂ ਵੀ ਘਰੇ ਟਾਈਮ ਪਾਸ ਕਰੀ ਜਾਂਦੀਆਂ ਹੁੰਦੀਆਂ ਕਿੱਥੇ ਤਾਂ ਬੁੜੀ ਨੂੰ ਉਹ ਫਿਕਰ ਹੁੰਦਾ ਵੀ ਭਾਈ ਮੇਰੀਆਂ ਨੂੰਹਾਂ ਔਖੀਆਂ ਹੁੰਦੀਆਂ ਜੇ ਹੁਣ ਆਪਾਂ ਨੂੰ ਸਾਰਾ ਅੱਗਾ ਦੱਗਾ ਆਪਾਂ ਨੂੰ ਲੈਣਾ ਪੈਂਦਾ ਹੈ ਜੇ ਹੁਣ ਭੂਆ ਦੇ ਮੁੰਡੇ ਦੇ ਵਿਆਹ ਆਪਾਂ ਨਾ ਜਾਵਾਂਗੇ ਆਪਾਂ ਨੂੰ ਅਗਲਾ ਮਾੜੀਆਂ ਕਹੂ ਉਹ ਤਾਂ ਕਹਿਣਗੇ ਭੈਣੇ ਬਾਪੂ ਜੀ ਨੇ ਤਾਂ ਕਹਿਤਾ ਮੇਰੀ ਰਿਸ਼ਤੇਦਾਰਾਂ ਨਾਲ ਤੁਸੀਂ ਨਾ ਵਰਤਿਓ ਤੁਹਾਡੀਆਂ ਨਾਲ ਮੈਂ ਨਹੀਂ ਵਰਤਦਾ ਪਰ ਐਂ ਕਿਵੇਂ ਟਾਈਮ ਪਾਸ ਹੁੰਦਾ ਹੁੰਦਾ ਬਾਪੂ ਨੂੰ ਤਾਂ ਫਿਰ ਇੰਨੇ ਕਹੇ ਤੋਂ ਸਰ ਜਾਂਦਾ ਨਾ ਬਾਪੂ ਦਾ ਫਿਰ ਦਿਲ ਖੁਸਦਾ ਵੀ ਇਹਦੇ ਪੈਸੇ ਲੱਗਦੇ ਆ ਤੇ ਆਪਾਂ ਫਿਰ ਬਗਾਨੀਆਂ ਉਹੀ ਤਾਂ ਗੱਲ ਆ ਮਾੜੀ ਇਹ ਤਾਂ ਆਪਦੇ ਪੁੱਤਾਂ ਨੂੰ ਕਹਿ ਦਿੰਦਾ ਆਪਾਂ ਤਾਂ ਫਿਰ ਗੁੱਸਾ ਕਾਹਦੀ ਖਾਤਰ ਕਰੀਏ ਆਪਦੇ ਮੁੰਡਿਆਂ ਨੂੰ ਲਾ ਲਾ ਸਿੱਟੀ ਜਾਂਦਾ ਬਾਪੂ ਤਾਂ ਚੱਲ ਬਾਪੂ ਜੀ ਨੇ ਤਾਂ ਗੱਲ ਕਹਿਣ ਵਾਲੇ ਨੇ ਕਹਿਤੀ ਤੇ ਮੰਨ ਲਓ ਹੁਣ ਚੱਲ ਇਹ ਬਾਪੂ ਦੀ ਰਿਸ਼ਤੇਦਾਰੀ ਆ ਗਈ ਭੂਆ ਜੀ ਫਿਰ ਆਪਾਂ ਕਿਹੜੇ ਮੂੰਹ ਨਾਲ ਵਿਆਹ ਜਾਵਾਂਗੇ ਜੇ ਜਾਣ ਹੀ ਨਾ ਦਿੱਤਾ ਬਾਪੂ ਜੀ ਨੇ ਤਾਂ ਹੀ ਕਹਤਾ ਮੇਰੀ ਰਿਸ਼ਤੇਦਾਰੀ ਆ ਬਾਕੀ ਐ ਭੂਆ ਜੀ ਗੁੱਸੇ ਨਾ ਹੋਊਗੀ ਉਹ ਆਖੂਗੀ ਮੈਂ ਤਾਂ ਇੱਕ ਪੁੱਤ ਵਿਆਹਣਾ ਸੀ ਤੁਸੀਂ ਤਾਂ ਮੇਰੇ ਸਗਣਾ ਦੇ ਦੇਣਾ ਤੇ ਵੀ ਨਹੀਂ ਖੁਸ਼ ਉਹੀ ਤਾਂ ਗੱਲ ਆ ਭੈਣੇ ਬਾਪੂ ਜੀ ਤਾਂ ਸੱਚੀ ਅੱਗੇ ਪਿੱਛੇ ਜਮੀ ਨਹੀਂ ਸੋਚਦੇ ਹੈਗੇ ਵੀ ਇਹ ਗੱਲ ਕਿੱਥੇ ਜਾਂਦੀ ਹੈ ਤੇ ਕਿੱਡੀ ਗੱਲ ਬਣਦੀ ਆ ਇਹ ਤਾਂ ਭੈਣੇ ਆਪਾਂ ਕੱਟੀ ਜਾਂਦੀਆਂ ਕੋਈ ਹੋਰ ਹੁੰਦਾ ਨਾ ਇੱਥੇ ਇੰਨੇ ਅੜਬ ਸੁਭਾਅ ਚ ਕਿਸੇ ਨੇ ਕੱਟਣਾ ਨਹੀਂ ਸੀ ਬਾਕੀ ਮੇਰੀ ਗੱਲ ਸੁਣ ਪਰਮਾਤਮਾ ਵੀ ਵੇਖ ਕੇ ਧੀ ਦਿੰਦਾ ਹੈ ਜੇ ਬਾਪੂ ਦੇ ਧੀ ਹੁੰਦੀ ਤਾਂ ਬਾਪੂ ਨੂੰ ਰੱਬ ਨੂੰ ਵੀ ਵੇਖ ਕੇ ਹੀ ਉਹ ਥਾਂ ਸਿਰ ਖੜਾਇਆ ਉਹਦੇ ਨਾਲ ਕਿੱਥੋਂ ਚੰਗਾ ਵਰਤ ਲੈਂਦਾ ਜਦੋਂ ਨੂੰਹਾਂ ਨਾਲ ਹੀ ਨਹੀਂ ਕੱਟ ਸਕਦਾ ਸੀ ਫਿਰ ਉਹ ਆਪਾਂ ਨੂੰ ਤਾਨੇ ਮਿਹਣੇ ਦਿੰਦੀ ਕੁੜੀ ਸਹੀ ਗੱਲ ਆ ਵੀ ਭਾਬੀ ਤੁਸੀਂ ਵੀ ਮੇਰੇ ਘਰੇ ਆ ਕੇ ਨਹੀਂ ਖੜਦੀਆਂ ਵੀ ਕੀ ਆ ਕੇ ਖੜਦੀ ਬਾਪੂ ਜੀ ਦਾ ਕੀ ਪਤਾ ਕਹਿੰਦਾ ਮੇਰੀ ਧੀ ਐ ਮੈਂ ਹੀ ਕੱਲਾ ਵਰਤੂ ਹੋਰ ਕਿਸੇ ਨੂੰ ਵਰਤਣ ਨਹੀਂ ਨਾ ਦਿੰਦਾ ਇਹ ਵੀ ਨਹੀਂ ਪਤਾ ਕੋਈ ਇਹ ਜਿਹਾ ਕਰ ਲੈਂਦਾ ਬਾਪੂ ਆ ਬਾਪੂ ਕੀ ਬਾਪੂ ਤਾਂ ਹੁਣ ਆਪਣੇ ਲੀੜੇ ਕੱਪੜੇ ਤੇ ਉਹ ਦੁਖੀ ਹੋ ਗਿਆ ਵੀ ਇਹਨਾਂ ਦੇ ਲੀੜੇ ਕੱਪੜੇ ਹੁਣ ਖਰਚ ਹੋਊਗਾ ਲੀੜੇ ਕੱਪੜੇ ਤਾਂ ਦੁਖੀ ਹੋਣਾ ਹੋਣਾ ਤਾਂ ਚੱਲ ਖੁਸ਼ੀ ਦੀ ਗੱਲ ਆ ਭੈਣੇ ਅੱਲਾ ਕਹਿ ਦਿੰਦਾ ਵੀ ਖਰਚਾ ਕਰ ਦਿਆਂ ਇਹ ਤਾਂ ਗੱਲ ਕਹਿਣੀ ਸੌਖੀ ਆ ਗੱਲ ਤਾਂ ਇਹ ਜਿਵੇਂ ਬਿਮਾਰ ਹੋ ਗਈ ਮੇਰੇ ਚਾਰ ਬੋਤਲਾਂ ਲੱਗ ਗਈਆਂ ਬਾਪੂ ਜੀ ਤਾਂ ਉਹਨੂੰ ਵੀ ਕਹਿੰਦੇ ਖਰਚਾ ਕਰਤਾ ਉਹ ਕੋਈ ਸ਼ੌਂਕ ਨੂੰ ਕਰਦਾ ਆਪਣਾ ਫਿਰ ਮੇਰੀ ਗੱਲ ਸੁਣ ਜੇ ਇਹ ਜੀ ਬੰਦੇ ਦੀ ਸੋਚ ਹੋਵੇ ਉਹੇ ਜਾਂ ਪੈਸਾ ਵੇਖ ਹੁਣ ਪੁੱਠੇ ਥਾਂ ਨਿਕਲਿਆ ਕੀ ਪਤਾ ਜੇ ਬਾਪੂ ਚੰਗਾ ਸੋਚਦਾ ਉਹ ਪੈਸਾ ਬਿਮਾਰੀ ਤੇ ਨਾ ਹੀ ਲੱਗਦਾ ਨਾ ਹੀ ਲੱਗਦਾ ਉਹ ਫਿਰ ਆ ਕਲੇਸ਼ ਦਾ ਮੂੰਹ ਕਾਲਾ ਜੇ ਹੁਣ ਕਲੇਸ਼ ਕਰੀ ਜਾਂਦਾ ਕਲੇਸ਼ ਆਪਣੇ ਤੇ ਉਲਟਾ ਪਈ ਜਾਂਦਾ ਨਾਲੇ ਤਾਂ ਵੇਖ ਹੁਣ ਜੇ ਬੰਟੂ ਬੋਲਣ ਵਾਲਾ ਹੁੰਦਾ ਬੰਟੂ ਐਂ ਵੀ ਕਹਿ ਸਕਦਾ ਸੀ ਵੀ ਬਾਪੂ ਜੀ ਮੈਂ ਤੇਰੇ ਹੱਥ ਤੇ ਸਾਰੀ ਤਨਖਾਹ ਧਰ ਦਿੰਦਾ ਡਰਦੇ ਨਹੀਂ ਬੋਲਦੇ ਪਿਓ ਮੂਹਰੇ ਆਪਣੇ ਮੂਹਰੇ ਕਿਵੇਂ ਬੋਲਦੇ ਆ ਤੇ ਨਾਲੇ ਭੈਣੇ ਮੈਂ ਤੈਨੂੰ ਦੱਸਾਂ ਅੱਜ ਕੱਲ੍ਹ ਤਾਂ ਨਾ ਆ ਬਿਮਾਰੀਆਂ ਜੀਆਂ ਬਾਹਲੀਆਂ ਹੀ ਜ਼ਿਆਦਾ ਵੱਧ ਗਈਆਂ ਕੀ ਲੈ ਕਿੱਡੀ ਕੁ ਗੱਲ ਸੀ ਤੇਜ਼ਾਬ ਬਣਿਆ ਸੀ
ਤੇਜ਼ਾਬ ਤੋਂ ਗਾਹਾਂ ਦੀ ਗਾਹਾਂ ਗੈਸ ਬਣ ਜਾਂਦੀ ਹੈ, ਫਿਰ ਲੀਵਰ ਤੱਕ ਗੱਲ ਪਹੁੰਚ ਜਾਂਦੀ ਹੈ। ਮੀਤ ਮੇਰੀ ਗੱਲ ਸੁਣ, ਤੂੰ ਇਹ ਗੱਲਾਂ ਦਾ ਫਿਕਰ ਨਾ ਲੈ। ਜੇ ਆਪਾਂ ਤੋਂ ਵਿਆਹ ਨਾ ਜਾਇਆ ਗਿਆ ਕੋਈ ਨਾ, ਆਪਾਂ ਨੂੰ ਕਿਹੜਾ ਬਾਲਾ ਉਹ ਹੈ ਵੀ ਆਪਾਂ ਵਿਆਹ ਜਾਏ ਬਿਨਾਂ ਬਚਦੀਆਂ ਨਹੀਂ, ਨਾ ਜਾਵਾਂਗੇ। ਪਰ ਤੇਰੀ ਸਿਹਤ ਆਪਣੇ ਲਈ ਜ਼ਰੂਰੀ ਹੈ, ਜੇ ਤੂੰ ਠੀਕ ਰਹੇਂਗੀ ਤੰਦਰੁਸਤ ਰਹੇਂਗੀ ਆਪਦੇ ਜਵਾਕਾਂ ਜਿਲ੍ਹਿਆਂ 'ਚ ਬੈਠੀ ਰਹੇਂਗੀ। ਨਾਲੇ ਭਾਈ ਐਂ ਆ ਬੰਦੇ ਦਾ ਵੀ ਬੁਰਾ ਹਾਲ ਹੋ ਜਾਂਦਾ ਬੁੜੀ ਤੋਂ ਬਿਨਾਂ, ਨਾਲੇ ਬੰਟੂ ਤਾਂ ਫਿਰ ਉਹੀ ਬੰਦ ਲਿਆ ਜਾ ਜਾਂਦਾ। ਉਹ ਤਾਂ ਗੱਲ ਭੈਣੇ ਤੇਰੀ ਸਹੀ, ਆਪਦਾ ਪਰਿਵਾਰ ਤਾਂ ਆਪਦਾ ਹੀ ਹੁੰਦਾ, ਹਾਂ ਹਰ ਇੱਕ ਨੂੰ ਚੰਗਾ ਲੱਗਦਾ। ਨਾਲੇ ਆਏ ਆ ਬਈ ਹੁਣ ਜਿਹੜੇ 2 ਦਿਨ ਖਰਾਬ ਹੋਏ ਆ ਗਾਂ ਡਿਊਟੀ ਤੇ ਵੀ ਜਾਣ ਨੂੰ, ਵੀ ਤੈਨੂੰ ਪਤਾ ਹੀ ਆ ਹੁਣ ਜਿਹੜੇ ਕੰਮ ਤੇ ਉਹ ਲੱਗਿਆ ਉਹ ਕੰਮ ਹੋਈ ਚੱਲੇ ਵਧੀਆ, ਸਮਾਂ ਦੀ ਮਹੀਨੇ ਦੇ ਮਹੀਨੇ ਪੈਸੇ ਤਾਂ ਆਈ ਜਾਂਦੇ ਆ, ਆਈ ਜਾਂਦੇ ਪਰ ਨਾਲੇ ਜਿਹੜੀ ਗੱਲ ਉਹਨੇ ਮੇਰੇ ਨਾਲ ਖੁੱਲ ਕੇ ਕਰਨੀ ਹੁਣ ਉਹ ਤੇਰੇ ਨਾਲ ਕਿਵੇਂ ਕਰ ਲੂ। ਹਾਂ ਬਾਕੀ ਆਏ ਆ ਵੀ ਤਾਂ ਹੁਣ ਮੇਰੀ ਗੱਲ ਸੁਣ, ਫਸਲਾਂ 'ਚ ਕੀ ਬਚਦਾ? ਹੁਣ ਤੇਰੇ ਵੀਰੇ ਨੇ ਫੱਕ ਲਾਈ ਸੀ, ਝੋਨੇ ਦੀ ਸਾਰੀ ਫੱਕ ਮੱਚ ਗਈ, ਉਹ ਦੂਰੀ ਵਾਰ ਫੇਰ ਉਹ ਕਰਨੀ ਪਊ। ਨੌਕਰੀ ਦਾ ਤਾਂ ਚੜੇ ਮਹੀਨੇ ਆ ਹੀ ਜਾਂਦੇ ਆ ਪੈਸੇ। ਉਹੀ ਤਾਂ ਗੱਲ ਹੈ, ਬਾਕੀ ਐ ਬਾਪੂ ਦੀਆਂ ਗੱਲਾਂ ਦਾ ਵਾਲਾ ਫਿਕਰ ਨਾ ਕਰਿਆ ਕਰ। ਬਾਪੂ ਤਾਂ ਮੈਨੂੰ ਸੁੱਖੀ ਭੂਆ ਵੀ ਕਹਿੰਦੀ ਸੀ, ਕਹਿੰਦੀ ਮੇਰਾ ਭਰਾ ਤਾਂ ਭਾਈ ਪਹਿਲੇ ਦਿਨ ਦਾ ਹੀ ਕਲੇਸੀ ਹੈ, ਤੇ ਸੋਨੂੰ ਮੈਂ ਬਗਾਨੀਆਂ ਧੀਆਂ ਨੂੰ ਕੀ ਕਵਾਂ। ਉਹ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ। ਚੱਲ ਕੋਈ ਨੀ, ਤੂੰ ਵੀ ਨਾ ਵਾਲਾ ਫਿਕਰ ਬਸ, ਤੂੰ ਪੈ ਜਾ ਕੋਈ ਨਾ, ਕੰਮ ਕੁੰਮ ਤਾਂ ਆਪੇ ਹੋ ਹੀ ਜਾਣਗੇ, ਕੰਮਾਂ ਦੀ ਤੂੰ ਟੈਨਸ਼ਨ ਨਾ ਲੈ, ਤੇ ਨਾ ਹੀ ਤੂੰ ਟੈਨਸ਼ਨ ਲੈ ਭੂਆ ਦੇ ਮੁੰਡੇ ਦੇ ਵਿਆਹ ਦੀ। ਆਪਾਂ ਮੇਰੀ ਗੱਲ ਸੁਣ, ਜੇ ਤਾਂ ਕੋਈ ਆਪਾਂ ਨੂੰ ਲੈ ਕੇ ਗਿਆ ਤਾਂ ਉਹੋ ਜਿਹੇ ਕੱਪੜੇ ਪਾ ਕੇ ਜਾ ਵੜਾਂਗੇ, ਜੇ ਕੋਈ ਨਾ ਹੀ ਲੈ ਕੇ ਗਿਆ ਫਿਰ ਆਪਣੇ ਕੀ ਸਾਰੇ ਆ। ਆਪਣੇ ਨਾਲ ਭੂਆ ਵਧੀਆ ਵਰਤਦੀ ਆ, ਪ੍ਰਗਟ ਵਧੀਆ ਵਰਤਦੇ ਆ, ਹੋਰ ਆਪਾਂ ਕਿਸੇ ਤੋਂ ਕੀ ਲੈਣਾ। ਚੱਲ ਪੈ ਜਾ, ਚੰਗਾ ਕੋਈ ਨੀ ਭੈਣ, ਪੈ ਜਾਂਦੀ। ਚੱਲ ਜਿਹੜੀ ਚੀਜ਼ ਦੀ ਤੈਨੂੰ ਲੋੜ ਹੋਈ, ਜੇ ਦਲਗਾ ਖਿਚੜੀ ਕੁਛ ਖਾਣਾ ਮੈਨੂੰ ਦੱਸ ਦੀ, ਚੰਗਾ ਮੈਂ ਬਣਾ ਦੂ। ਕੋਈ ਨੀ ਭੈਣ, ਕੋਈ ਨੀ, ਹੋਰ ਪੈ ਜਾ। ਮੈਂ ਤਾਂ ਦੇਣੀ ਰੈਸਟ ਦੱਸੀ ਆ। ਕੋਈ ਨਾ, ਰੈਸਟ ਤਾਂ ਤੂੰ ਕਰ ਲਾ, ਬੰਦਿਆਂ ਨੇ ਕਿਹੜਾ ਐਂ ਕਹਿਣਾ। ਬੰਦਿਆਂ ਨੂੰ ਤਾਂ ਐਂ ਹੁੰਦਾ ਵੀ ਹੁਣ ਕੰਮ ਵਾਲੀਆਂ ਹੋ ਗਈਆਂ, ਕੰਮ ਕਰ ਲੈਣ, ਬੰਦਿਆਂ ਨੂੰ ਕੋਈ ਪਤਾ ਨਹੀਂ ਹੁੰਦਾ ਇਹੋ ਜਿਹੀਆਂ ਗੱਲਾਂ ਦਾ। ਇਹ ਤਾਂ ਵੇਖ ਮੇਰੀ ਗੱਲ ਸੁਣ, ਜੇ ਤੂੰ ਰੈਸਟ ਕਰੇਂਗੀ ਚੰਗੀ ਭਲੀ ਹੋ ਜਾਏਗੀ, ਕਿਤੇ ਮੇਰਾ ਵੀ ਦੁਖਣ ਸੁਖਣ ਲੱਗ ਜਾਂਦਾ, ਫਿਰ ਬੰਦਾ ਕੰਮ ਤਾਂ ਕਰ ਲੈਂਦਾ। ਇਹ ਤਾਂ ਗੱਲ ਹੈਗੀ ਹੈ ਭੈਣੇ, ਜਦੋਂ ਸਾਰਾ ਟੱਬਰ ਕਹਿੰਦੇ ਹੁੰਦੇ ਭੈੜਾ ਹੋਵੇ, ਆਪਾਂ ਤਾਂ ਸਕੀਆਂ ਭੈਣਾਂ ਵਾਂਗੂ ਫਿਰ ਬਣ ਕੇ ਰਹਿਣਾ ਹੀ ਪੈਂਦਾ। ਹਾਂ ਕੋਈ ਗੱਲ ਨੀ, ਇਸ ਗੱਲ ਦੀ ਟੈਨਸ਼ਨ ਨਾ ਲੈ। ਚੰਗਾ ਚੰਗਾ ਭੈਣ, ਮੇਰਾ ਬਾਈ ਨੂੰ ਕਹਿ ਕੇ ਮੰਜਾ ਵੱਡਾ ਰਖਾਉਣੇ, ਇੱਥੇ ਤਾਂ ਪਿਆ ਹੀ ਨਹੀਂ ਜਾਂਦਾ, ਕਿਉਂਕਿ ਲੱਤਾਂ ਹੀ ਲਮਕੀ ਜਾਂਦੀਆਂ ਨੇ। ਮੁੜ ਕੇ ਉਹੀ ਜੱਬ, ਜੇ ਨਵਾਂ ਮੰਜਾ ਧਰਤਾ ਇੱਥੋਂ ਊਂ ਚੱਕ ਕੇ ਕੋਈ ਲੈ ਜਾਊਗਾ, ਕਿਹੜਾ ਇੱਕ ਸਿਆਪਾ। ਤੂੰ ਬੰਟੂ ਗਿਆ ਨੀ ਕੰਮ ਤੇ? ਓ ਯਾਰ ਕੀ ਦੱਸਾਂ ਤੈਨੂੰ ਮੈਂ ਕੰਮ ਤੇ, ਆ 2 ਦਿਨ ਉਧਰ ਮੀਤ ਬਿਮਾਰ ਸੀਗੀ, ਉਹ ਛੁੱਟੀ ਮਾਰ ਲਈ ਆ, ਅੱਜ ਗਿਆ ਸੀਗਾ ਬੋਲਣ ਲੱਗ ਗਿਆ, ਆਖੇ ਦੱਸਿਆ ਨੀ ਹੈਗਾ ਸੀ। ਮੈਂ ਕਿਹਾ ਵੀ ਘਰ ਦੀ ਬਿਮਾਰ ਸੀਗੀ, ਕਹਿੰਦਾ ਬੰਦਾ ਹੋਰ ਰੱਖ ਲੈ ਕਿਤੇ ਹੋਰ ਦੇਖ ਲਾ। ਉਹ ਪ੍ਰਾਈਵੇਟ ਨੌਕਰੀਆਂ ਦੇ ਵੀ ਸਿਆਪੇ ਹੀ ਹੁੰਦੇ ਆ, ਅਗਲਾ 15-20 ਹਜ਼ਾਰ 'ਚ ਮੁੱਲ ਲੈ ਲੈਂਦਾ। ਦੱਸ ਬੜਾ ਸਿਆਪਾ ਹੋਏ ਅੱਜ ਤਾਂ ਭੈਣੇ, ਇੱਥੇ ਤਾਂ ਕਾਹਲੀ ਕਰੋਪੀ ਆਈ ਹੈ, ਬੜੀ ਬੁਰਾ ਹਾਲ ਹੈ। ਤੇਰੇ ਸਾਹਮਣੇ ਸਾਰਾ ਦਿਨ ਘੱਟਾ ਢੋਈ ਜਾਂਦਾ, ਆ ਮੱਕੀ ਨੂੰ 15 ਪਾਣੀ ਲਾਤੇ ਤੇ ਰਸ ਕੀ ਕਰੂਗਾ ਮੱਕੀ? ਇਹ ਮੱਚੀ ਜਾਂਦੀ ਹੈ, ਕਿਸੇ ਪਾਸੇ ਜੋਗੇ ਨੀ ਹੈਗੇ ਯਾਰ, ਕਿਸੇ ਪਾਸੇ ਜੋਗੇ। ਕਰੇ ਜਾਂਦੇ ਆ ਪਿਓ ਅੱਡ ਲੱਗ ਜਾਂਦਾ ਬੋਲਣ, ਉਹਨੂੰ ਐਂ ਜਿਵੇਂ 1 ਲੱਖ ਰੁਪਇਆ ਕਮਾਉਣਾ ਹੁੰਦਾ, ਮੈਂ ਐਂ ਹਿਸਾਬ ਗਿਣ ਲੱਗਿਆ 15-20 ਹਜ਼ਾਰ ਰੁਪਇਆ ਹੁੰਦਾ। ਹੁਣ ਐਂ ਨੀ ਪਤਾ ਕਰੇ ਜਾਂਦੇ ਨੂੰ ਉਹ ਕੀ ਬੋਲੇ ਮੇਰੇ ਨਾਲ, ਵੀ ਭਾਈ ਵਿਹਲਾ ਫਿਰਦਾ ਵਿਹਲਾ। ਹੁਣ ਮੈਂ ਕੀ ਦੱਸਾਂ, ਵੀ ਉਹੀ ਗੱਲ ਆ, ਪ੍ਰਾਈਵੇਟ ਨੌਕਰੀਆਂ ਦਾ ਇਹੀ ਹਾਲ ਹੁੰਦਾ, ਅਗਲੇ ਨੇ ਬੰਦਾ ਹੋਰ ਰੱਖ ਲਿਆ, 5 ਹਜ਼ਾਰ ਘੱਟ 'ਚ ਲੱਗ ਗਿਆ, ਅਗਲਾ ਕਹਿੰਦਾ ਚੱਲ ਫਾਇਦਾ ਹੀ ਆਪਣਾ ਤਾਂ। ਹੁਣ 25-30 ਹਜ਼ਾਰ ਰੁਪਇਆ ਲੱਗ ਗਾ ਗਿਆ, ਇਹ ਹੁਣ ਲਹੂ ਪੀ ਲੂਗਾ, ਮੈਂ ਤੁਹਾਨੂੰ ਸਾਰਾ ਸਿਆਲ ਲਹੂ ਪੀ ਜਾਊਗਾ ਹੁਣ ਆਪਣਾ। ਤੁਸੀਂ ਕਿਆ ਪਿਆ ਯਾਰ, ਮੈਂ ਤਾਂ ਕੀ ਕਰੇ ਬੰਦਾ ਹੁਣ, ਅਸੀਂ ਸੋਚੀਏ ਨਾ ਵੀ ਯਾਰ ਕੀ ਕੀਤਾ ਜਾਵੇ। ਬੜਾ ਸਿਆਪਾ, ਮੈਂ ਤਾਂ ਤੈਨੂੰ ਐਂ ਕਹਿਣਾ ਕਿਤੇ ਬਾਹਰ ਬਾਹਰ ਟੱਪ ਜਾਏ, ਕਿਤੇ ਮਾੜਾ ਮੋਟਾ ਕਿਤੇ ਉਹ ਹੱਥ ਪੈਂਦਾ ਤੇਰਾ, ਤਾਂ ਤੂੰ ਤਾਂ ਮਾੜਾ ਮੋਟਾ ਪੜ੍ਹਿਆ ਲਿਖਿਆ, ਹੁਣ ਮੇਰੇ ਤਾਂ ਸਰਦਾ ਨੀ ਜਮਾ ਵੀ।
ਉਹ ਯਾਰ ਬਾਹਰ ਫਿਰ ਉਹੀ ਗੱਲ ਆ, ਬਿਮਾਰੀ ਤੇ ਤਾਂ ਉਹਦੇ ਜੇ 15-20 ਹਜ਼ਾਰ ਰੁਪਇਆ ਲੱਗ ਗਿਆ ਉਹ ਤਾਂ ਜਾਨ ਲੈਣੀ ਕਰ ਲਈ, ਉੱਥੇ 20-25 ਲੱਖ ਰੁਪਇਆ ਕਿੱਥੋਂ ਲਾ ਦੂਗਾ ਇਹ? ਕੋਈ 25 ਲੱਖ ਰੁਪਇਆ ਨੇ ਕੋਈ ਕੰਪਨੀਆਂ ਨੇ ਪੁੱਛ ਲਿਆ, ਮੈਂ ਤੈਨੂੰ ਐਂ ਕਹਿਣਾ ਆਪਣੀ ਜ਼ਿੰਦਗੀ ਸੁਧਰ ਜੂ ਵੀ, ਇਹ ਤਾਂ ਕਹਿੰਦਾ ਤੁਸੀਂ ਆਪਦੀ ਸਕੀਰਿਆ ਨਾ ਵਰਤ ਲਓ, ਮੈਂ ਆਪਦੀ ਸਕੀਰਿਆ ਵਰਤ ਲਾ, ਇਹ ਆਪਾਂ ਨੂੰ ਕੀ ਦੇ ਦੂਗਾ ਕੀ ਲੈ ਲੂ, ਆਪਾਂ ਸਾਰੀ ਉਮਰ ਭੁੱਖੇ ਮਰਾਂਗੇ, ਜੇ ਕਿਸੇ ਨਾਲ ਵਰਤਾਂਗੇ, ਜੇ ਤੂੰ ਕੋਈ 2 ਰੁਪਏ ਹੋਣਗੇ ਕਿਸੇ ਨਾਲ ਵਰਤਦੇ ਤਾਂ ਰਹੇ, ਸਿੱਕਣ ਨੂੰ ਆਪਦੇ ਦੋਨੇ ਭਰਾ ਵਰਤਦੇ ਰਹਿ ਜਾਂਗੇ, ਇਹ ਤੂੰ ਤਾਂ ਨਹੀਂ ਕੁਛ ਲੈ ਲਾਂਗੇ? ਇਹ ਵੀ ਗੱਲ ਸਹੀ ਹੈ, ਕਰਦਾ ਯਾਰ ਹੁਣ ਇੱਥੇ ਤਾਂ ਭਰਾਵਾ ਸਿੱਧੀ ਗੱਲ, ਜਦੋਂ ਹੁਣ ਇੱਥੇ ਕੋਈ ਕੰਮ ਨੀ ਧੰਦਾ ਨੀ ਹੈਗਾ ਐਵੇਂ ਫਿਰ ਬੰਦਾ ਅੱਗੇ ਬਾਹਰ ਹੀ ਜਾਊਗਾ, ਹੋਰ ਦੱਸ ਕੀ ਕਰੂਗਾ? ਹੋਰ ਗੱਲ ਹੁਣ ਜਵਾਬ ਅੱਲਾ, ਕੋਈ ਬਣ ਬਣ ਕੇ ਵਿਆਹੁਣੇ ਵੀ ਹੋਣਗੇ, ਗੱਭਰੂ ਵੀ ਹੋਣਗੇ, ਫਿਰ ਔਖਾ ਹੋ ਜੂਗਾ ਸਾਡੇ ਨਾਲ, ਜੇ ਆਪਸ 'ਚ ਇੱਕ ਬੰਦਾ ਬਾਹਰ ਹੋਊਗਾ ਚੱਲ ਇੱਥੇ ਮਾਉਣ ਮਾਡਾ ਸਾਰੀ ਜਾਊਗਾ, ਹੁਣ ਇੱਥੇ ਵੀ ਕੀ ਹੁੰਦਾ ਯਾਰ ਤੈਨੂੰ ਦੱਸਿਆ ਤਾਂ, ਮਰਨ ਦਾ ਭੁੱਖੀ ਇੱਥੇ ਵੀ, ਬਸ ਇੱਕ ਜੇ ਹੁਣ ਨਾ ਕੋਈ ਕੰਮ ਕਰਿਆ ਫਿਰ ਜਮੀ ਡਾਊਨ ਹੋਈ ਚੱਲਾਂਗੇ। ਓਹੋ ਯਾਰ ਅਗਲਾ ਕਹਿੰਦਾ ਜ਼ਮੀਨ ਨਾਲ, ਜ਼ਮੀਨਾਂ 'ਚ ਹੈ ਕੀ ਹੁਣ ਕੁਛ ਨੀ, ਕੱਖ ਨੀ ਹੈਗਾ, ਅਗਲਾ ਵਿੱਚ ਵਿੱਚ ਬਾਹਰ ਤੁਰਿਆ ਜਾਂਦਾ, ਮੈਂ ਤਾਂ ਇਹੀ ਕਰਨਾ ਪਊਗਾ, ਲੜਨਾ ਪਊਗਾ ਇਹਦੇ ਨਾਲ, ਕਹੂੰਗਾ ਭਾਈ ਹਿਸਾਬ ਕਿਤਾਬ ਕਰ, ਜਿਹੜੇ ਮੇਰੇ ਹਿੱਸੇ ਵਿੰਦੇ ਹੁੰਦੀ ਉਹਦੇ ਵੇਚ ਕੇ ਮੈਂ ਤਾਂ ਬਾਹਰ ਜਾਵਾਂ। ਉਹ ਇਹੀ ਕੁਛ ਕਰਨਾ ਵਾ, ਹੁਣ ਤੂੰ ਮੈਨੂੰ ਐਂ ਲਾ ਲਾ ਹਿਸਾਬ ਲਾ ਲਾ ਵੀ ਭੈਣ, ਹੁਣ ਅਗਲਾ ਕਹਿ ਤਾਂ ਦਿੰਦਾ ਵੀ 10 ਕਿੱਲੇ ਆ, 10 ਕਿੱਲਿਆਂ ਦਾ ਖਰਚ ਵੀ ਬਥੇਰਾ ਖਰਚ, ਬਥੇਰਾ ਰਿਹਾ ਸਪਰੇਅ ਦਾ ਖਰਚਾ ਨੀ ਪੂਰਾ ਦਾ ਫਸਲ ਚੱਕ ਕੇ, ਹੁਣ ਇਹ ਤਾਂ ਕਹਿੰਦਾ ਮੈਂ ਬਣਿਆ ਸਭ ਕੁਛ, ਤੁਸੀਂ ਬੜਾ ਖਰਚ ਕਰ ਲਿਆ, ਮੈਂ ਪਹਿਲਾਂ ਕੁਛ ਖਰਚ ਨੀ ਕਰਦਾ ਸੀ, ਮੈਂ ਕਿਵੇਂ ਜੋੜ ਲੈਂਦਾ ਸੀ, ਤੁਸੀਂ ਤਾਂ ਬਚਾਉਂਦੇ ਨੀ ਕੁਛ, ਵੀ ਸਾਡੇ ਕੀ ਕਸੂਰ ਹੈ ਪਹਿਲਾਂ ਦੱਸ। ਉਹ ਬਾਈ ਉਦੋਂ ਦੇਖ ਇੱਕ ਤਾਂ ਖਰਚੇ ਘੱਟ ਸੀਗੇ, ਦੂਜਾ ਜਿਹੇ ਜੀ ਫਸਲ ਜਿੰਨੀ ਕੁ ਹੋ ਜਾਂਦੀ ਸੀ ਉਨੀ ਕੁ ਉਹਨਾਂ ਨੂੰ ਬਹੁਤ ਲੱਗਦੀ ਸੀ, ਹੁਣ ਅੱਜ ਕੱਲ ਮੇਰੀ ਗੱਲ ਸੁਣ ਲੈ, ਜੇ ਲੈ ਤੂੰ ਇਹਨੂੰ ਐਂ ਕਰ, ਇਹ ਤੇ ਕੁਛ ਵੀ ਨਾ ਮਾਰ ਸਰ, ਇਸ ਲੈ ਤੂੰ ਇਹਨਾਂ ਤੋਂ ਕੱਢ ਲਈ ਫਸਲ ਚ ਨਹੀਂ ਹੁੰਦੀ ਬਈ, ਰਿਹਾ ਸਪਰੇਹਾਂ ਬਿਨਾਂ ਅਲਬਥੇਰੇ ਕਿ ਉਹ ਗਿਆਨ ਵੰਡਣ ਲੱਗ ਜਾਂਦੇ ਵੀ ਊਂ ਕਰ ਲਓ ਬਿਨਾਂ ਸਰੇਹਾਂ ਸਪਰੇ, ਆ ਤੂੰ ਸਬਜ਼ੀ ਲਾ ਲੈ ਰਿਹਾ ਸਪਰੇ ਤੋਂ ਬਿਨਾਂ ਹੁੰਦੀ ਆ, ਜਮਾ ਨਹੀਂ ਹੁੰਦੀ ਹੈਗੀ ਯਾਰ। ਤਾਂ ਸਬਜ਼ੀ ਦੇ ਰੇਟ ਕੱਲ ਮੰਡੀ 'ਚ ਮੈਂ ਪੁੱਛ ਕੇ ਗਿਆ, ਉੱਥੇ ਮੁੰਡਾ ਦੱਸਦਾ ਦੂਜਾ ਕੁਮਾਰੀ ਬਲੀ 150 ਰੁਪਏ ਪਈ, ਕੱਦੂ 80 ਰੁਪਏ ਹੋਏ ਪਏ ਆ, ਆ ਗਰਮੀ ਨੇ ਦਿਮਾਗ ਹਿੱਲਾ ਕਰਕੇ ਹੋਰ ਕੀ ਕੀਤਾ ਜਾਵੇ, ਕੋਈ ਹੱਲ ਨਹੀਂ ਹੈਗਾ, ਚਾਰੇ ਪਾਸੋਂ ਬੰਦਾ ਮਾਰਿਆ ਜੀ, ਉਹ ਤਾਂ ਜੀ ਨਹੀਂ ਦੇਦਾ ਵੀ ਸਬਜ਼ੀ ਪਾਣੀ ਦਾ ਘਰੇ ਲੱਗਦਾ ਵੀ ਉਹ ਵੀ ਜੇ ਲੈਣੀ ਹੋਈ ਤੇ ਮੁੱਲ ਨਹੀਂ, ਬਾਬਾ ਕੋਈ ਲੈਣਾ ਪੈਂਦਾ, ਮੈਨੂੰ ਐਂ ਲੱਗਦਾ ਵੀ ਆਪਾਂ ਨੂੰ ਕਿੱਥੋਂ ਇਹ ਤੋਰੀਆਂ ਖਵਾ ਦੇ ਗੁਰੂ, ਇਹ ਤਾਂ ਖਵਾਈ ਖੜਾ, ਇਹ ਤਾਂ ਆਪਦੇ ਵਾਲੇ ਹਿਸਾਬ ਕਿਤਾਬ ਰੱਖਦਾ ਵੀ ਹਾਂ ਅੱਗੇ ਅਸੀਂ ਜੇ ਸਾਈਕਲ ਮਿਲ ਗਿਆ ਤਾਂ ਸਾਈਕਲ ਤੇ ਚੜ ਕੇ ਉੱਠ ਰੇੜੇ ਤੇ ਵੀ ਬਾਜ਼ਾਰੋਂ ਐ ਜਾ ਆਉਂਦੇ ਸੀਗੇ, ਉੱਥੋਂ 100-200 ਰੁਪਏ ਨਾਲ ਖਰਚਾ ਆ ਜਾਂਦਾ ਸੀਗਾ, ਅੱਜ ਕੱਲ ਹੈ ਤਾਂ ਉਹੀ ਚੀਜ਼ ਗੱਲ ਕਰੋ, 100 ਸਾਲ ਦੇ 10 ਹਜ਼ਾਰ ਬਣ ਗਿਆ ਹੁਣ, ਬਣ ਗਿਆ ਬਾਕੀ ਐ ਵੀ ਦੇਖ ਲੈ ਬੰਟੂ, ਜਦੋਂ ਇਹਨਾਂ ਅਸੀਂ ਨਰਮਾ ਉਦੋਂ ਲੱਗਦਾ ਵੀ ਕੀ ਰੇਟ ਸੀ, ਹੁਣ ਮੰਨ ਕੇ ਜਾਂ 9 ਹਜ਼ਾਰ ਨੂੰ ਨਰਮਾ, ਹਾਂ ਫਿਰ ਉਹੀ ਤਾਂ ਗੱਲ ਆ ਨਾ, ਉਹ ਦੀ ਫਰਕ ਨਹੀਂ ਦੇਖਦੇ ਉਹ ਵੀ, ਉਹ ਜਿਹਾ ਰੇਟ ਵੀ ਵਧੀਆ ਪਈ ਜੀ ਮਹਿੰਗਾਈ, ਉਹ ਚੀਜ਼ ਗੱਲ ਕਰੂੰਗੀ ਲੋਕ ਬਸ, ਆਹ ਦੂਜਾ ਮਸ਼ੀਨਰੀਆਂ ਦੇ ਹੋਰ ਕੰਮ ਦੇ ਖਰਚ ਵੱਧ ਗਏ ਜੂ, ਹਾਂ ਇਹ ਆ ਬਈ ਉਦੋਂ ਦੇਖ ਜੇ ਬਲਦ ਨਾਲ ਬੀਜ ਵਾਹੀ ਕਰ ਲੈਂਦੇ ਤੁਰੇ ਵੀ ਸਾਰਾ ਦਿਨ ਖੇਤ ਚ ਰਹਿੰਦੇ ਸੀ, ਹੁਣ ਚਲੋ ਆਪਦਾ ਬੀਜ ਹੁੰਦਾ ਸੀ, ਇਸ ਵੇ ਨਹੀਂ ਹੁੰਦੀ ਸੀ, ਆਪਦਾ ਹੁੰਦਾ ਸੀ ਸਾਰਾ ਕੁਝ, ਸਾਰਾ ਕੁਝ ਮਿਲ ਜਾਂਦਾ ਸੀ, ਭਲਾ 2000 ਨੂੰ ਨਰਮਾ ਲੱਗਦਾ ਸੀ, ਕੋਲੇ ਦਾ ਸੀ ਹੈਗਾ, ਕੋਲੇ ਸੀਗਾ ਘਰ, ਹੁਣ ਉਹ ਚੀਜ਼ ਹੈ ਨਹੀਂ ਬਈ, ਲੱਗਦੇ ਆ ਤੇ ਹੁਣ ਸਾਡਾ ਕੀ ਕਸੂਰ ਅੱਗੇ, ਫਿਰ ਤੁਸੀਂ ਸਾਰਾ ਦਿਨ ਬੰਦ ਨਾ ਕਿੱਲਾ ਵਾਉਂਦੇ ਸਾਰੇ ਦਿਨ ਚ, ਉਹੀ ਤਾਂ ਗੱਲ ਆ, 15 ਕਿੱਲੇ ਵਾ ਕੇ ਬਣਾਉਣੇ ਨੂੰ ਪਰੇ ਹੋ ਜਾਂਦੇ, ਮੇਰੀ ਗੱਲ ਸੁਣ, ਉਹ ਕੰਮ ਵੀ ਵਧਿਆ, ਜੇ ਇਹ ਆਪਦੀ ਸੋਚ ਬਦਲਦਾ ਤਾਂ ਬਦਲ ਲੇ, ਨਹੀਂ ਫਿਰ ਮੈਂ ਤਾਂ ਤੇਰੇ ਵਾਲੀ ਗੱਲ ਸਹੀ ਹੈ, ਕੋਈ ਦੇਖਦਾ ਬਾਹਰ ਦਾ ਦੇਖ ਲਾ ਬਾਈ, ਬਣ ਕੇ ਯਾਰ ਫੇਰ ਤਾਂ ਮਾੜਾ ਮੋਟਾ ਸੌਖੇ ਹੋ ਜਾਣਗੇ, ਨਹੀਂ ਇੱਥੇ ਤਾਂ ਜਮਾ ਭੁੱਖੇ ਮਰਾਂਗੇ, ਮੈਂ ਤੁਹਾਨੂੰ ਦੱਸਤੀ ਗੱਲ ਸਿੱਧੀ ਗੱਲ, ਆਇਆ ਤਾਂ ਨਹੀਂ ਹੈਗਾ ਖੇਤ ਮੇਰੇ ਤਾਂ ਘਰੇ, ਉਹ ਤਾਂ ਪਤਾ ਨਹੀਂ ਕਹਿੰਦਾ ਸੀ ਉੱਧਰ ਜਾਊ ਸ਼ਾਇਦ ਭੂਆ ਕੋਲੇ, ਕਹਿੰਦਾ ਮੈਂ ਜਾਣਾ ਉੱਥੇ ਵੱਗ ਆਊਗਾ ਸੁੱਖੀ, ਭੂਆ ਨੇ ਨਹੀਂ ਜਾਣਾ ਸੀ ਬਾਹਰ, ਗੱਲ ਜਿੱਥੇ ਜਾਣਾ ਉੱਥੇ ਜਾਂਦਾ ਨਹੀਂ ਹੈਗਾ, ਉਹ ਤਾਂ ਦੱਸ ਪੈਸੇ ਵਾਲੀ ਆ ਸੁੱਖੀ ਭੂਆ ਤਾਂ, ਹੈ ਉਹਨੇ ਬਾਹਰ ਜਾਣਾ ਵੱਗ ਜੂਗੀ, ਤੂੰ ਦੱਸ ਉੱਥੇ ਕੀ ਜਹਾਜ਼ ਨੂੰ ਧੱਕਾ ਲਾਉਣਾ, ਤੂੰ ਉਹ ਦੂਜੀ ਭੂਆ ਕੋਲ ਜਾ ਜਿਨ੍ਹਾਂ ਦੇ ਵਿਆਹ ਰੱਖਿਆ, ਉਹਨੂੰ 100 ਕੋਈ ਸਲਾਹ ਦੇ, ਕੋਈ 100 ਪੈਸਿਆਂ ਦਾ ਸਹਾਰਾ ਲਾ, ਜਿਹੜਾ ਕੰਮ ਕਰਨ ਵਾਲਾ ਉਹ ਤਾਂ ਕਰਦਾ ਨਹੀਂ ਹੈਗਾ, ਉੱਥੇ ਤੁਹਾਨੂੰ ਪਤਾ ਹੈ ਵੀ 2 ਰੁਪਏ ਦੇਣੇ ਪੈਣਗੇ, ਹੁਣ ਵੀ ਉਹ ਲੈਣ ਪਏ ਤਾਂ ਤੂੰ ਮੂਰੇ ਹੋ ਗਿਆ, ਸਾਡੇ ਵਿਆਹ ਵੇਲੇ ਦੇਖੀ ਗਈ ਹੈ ਭੂਆ ਤੋਂ, ਹੁਣ ਯਾਰ ਕਹਿਣਾ ਤਾਂ ਨਹੀਂ ਚਾਹੀਦਾ, ਉਹੀ ਗੱਲ ਬੁੜੇ ਨੇ ਸ਼ਰਮ ਲਾ ਰੱਖੀ ਹੈ, ਫਿਰ ਅਗਲਾ ਕਹਿੰਦਾ ਕੁਛ ਕਹਿੰਦਾ,
ਆਪਣਾ ਕੀ ਕਸੂਰ ਆ, ਸਾਡਾ ਕੀ ਕਸੂਰ ਆ, ਅਸੀਂ ਤਾਂ ਵਿਆਹ ਜਾਣੀ ਆ ਨਾ। ਸਾਰੇ ਸਾਰੀਆਂ ਰਿਸ਼ਤੇਦਾਰੀਆਂ ਭੂਆ ਨਾਲੋਂ ਇਹ ਟੁੱਟ ਗਿਆ, ਮਾਮਿਆਂ ਨਾਲੋਂ ਇਹ ਟੁੱਟ ਗਿਆ, ਕਿਸੇ ਨਾਲ ਵਰਤਨ ਜੋਗਾ ਨਹੀਂ ਛੱਡਿਆ ਹੈਗਾ ਵੀ ਦੱਸ ਬੋਲਦਾ ਆ ਹਰੇਕ ਨੂੰ ਰੁੱਖਾ। ਅਗਲਾ ਹੁਣ ਕੌਣ ਚੱਲਦਾ, ਕੋਈ ਨਹੀਂ ਚੱਲਦਾ ਹੈਗਾ ਬਈ, ਆਪਾਂ ਆਪਦੇ ਘਰੇ, ਅਗਲਾ ਆਪਦੇ ਘਰੇ ਆ, ਸਕਿਰਿਆ ਨਹੀਂ ਚੱਲਦਾ। ਉਹ ਯਾਰ ਕੀ ਕੀਤਾ ਵੇ, ਚੱਲ ਚੰਗਾ ਯਾਰ, ਮੈਂ ਤਾਂ ਬੰਟੂ ਪਿੱਛੇ ਕਿੜਾ ਮਾਰਿਆ ਮੈਂ, ਪਰ ਮੈਂ ਤਾਂ ਭਰਾਵਾ ਇੱਥੇ ਪੈ ਨਾ, ਮੇਰੀ ਆਹ ਮੰਜੀ ਬਦਲ ਦੇ ਨਾ ਯਾਰ। ਉਹ ਬਦਲ ਦੂੰ ਮੰਜਾ, ਉਹ ਕੋਠੇ ਚੱਕ ਲਿਆ ਵੀਰ, ਨਹੀਂ ਉਹ ਯਾਰ ਮੈਂ ਸੋਚੀ ਤਾਂ ਜਾਂਦਾ ਸੀ, ਮੈਨੂੰ ਐਸੇ ਮੁੜ ਕੇ ਊਂ ਚੱਕ ਕੇ ਲੈ ਜਾਂਦੇ ਕਿਹੜਾ ਇੱਕ ਸਿਆਪਾ। ਚੱਲ ਯਾਰ ਜਾ ਯਾਰ, ਨਾ ਕੋਠੇ ਦਾ ਪਿਆ ਮੰਜਾ ਤਾਂ, ਚੱਲ ਅਸੀਂ ਟਾਈਮ ਪਾਸ ਕਰ ਲੈਂਦੇ, ਕੀ ਕੀਤਾ ਯਾਰ।